रिपोर्ट लैके इंज किया तो चौल रखे तो रिपोर्ट कहना कुत्ते रिपोर्ट लिया ओ नाम पाया भोला रिपोर्ट लिया के तो मंगने वाले पास पाया वो कह दिया घोड़े लैके सलाम नादरीन, कैसे हैं आप? टीटा में आपको खुश आमदीद। अरे दीवानो, मुझे पहचानो, कहां से आया मैं हूं कौन? अरे दीवानो, मुझे पहचानो, कहां से आया मैं हूं कौन? मैं हूं डॉन, मैं हूं डॉन, मैं हूं, मैं हूं, मैं हूं डॉन, मैं हूं डॉन। सनमा सनमा रब्बी का पखपला मेहरबाना। अरे दीवानो, मुझे पहचानो, कहां से आया मैं हूं कौन? मैं हूं डॉन, मैं हूं डॉन, मैं हूं हाई, ये है डॉन, ये है, ये है, ये तीनों डॉन। अरे दीवानो, मुझे पहचानो, कहां से आया ओ जादा जे टुरे कोले जेड़ा बैठा सी बेटा उधर भी जाई जाना सी। ठीक है जी। हाँ नादरीन, खिले पे आज, खिले पे आज नहीं, बड़े दिन दा बेटा, तेरी सोच है किस किस पड़ेल को जान छुट्टी। शर्ट मेरी ना सर। जी सर, तुहाडी है ते भरा वा चिकन कर ਲੋਕੀ ਥੋੜਾ ਜਿਹਾ ਪਿੱਛੇ ਜਾਂਦੇ ਤਾਂ ਜੀ ਅੱਜ ਟੋਟਲੀ ਪਿੱਛੇ ਚਲੇ। ਐ ਜਰਾ ਥੋੜਾ ਨਾ ਉਹ ਕਰਕੇ ਦਿਖਾਈ, ਜਰਾ ਥੋੜਾ ਕਲੋਜ਼ ਕਰਕੇ ਨਾ ਉਹ ਉਹ ਜਿਹੜਾ ਉਹਨੂੰ ਕਹਿੰਦੇ ਆ ਕੈਮਰਾਮੈਨ, ਜਲਦੀ ਨਹੀਂ ਨਹੀਂ ਨਹੀਂ, ਸਲੋਮੋ ਸਲੋਮੋ, ਡਾਂ 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 ਡਾਂ, ਤੂੰ ਜਰਾ ਮੂੰਹ ਨਾਲ ਕੋਈ ਮਿਊਜ਼ਿਕ ਵਜਾ। ਵਾਹ ਵਾਹ ਵਾਹ, ਚਸ਼ਮੇ ਰਜਨੀਕਾਂਤ ਪਿਆਰੇ ਲਾਲ। ਓਏ ਤੁਸੀਂ ਰਜਨੀਕਾਂਤ ਹੈ ਭੁੱਖ ਨਹੀਂ ਕਾ। ਓਏ ਲੋ ਜੀ ਨਾਦਰੀਨ, ਟੀ ਟਾਈਮ ਮੈਂ ਖੁਸ਼ ਆਂਦੀ, ਕੈਸੇ ਆਪ ਸਾਹਿਬ, ਮਾਸ਼ਾਅੱਲਾ। ਕਹਿੰਦਾ ਗੁੱਜੀ ਚੁੰਮੀ ਲਈ ਹੈ, ਮੈਂ ਇੱਕ ਐਸੀ ਕਿਤਾਬ ਹਾਂ ਕਥਾ ਜਿਹਦੀ ਸਮਝ ਨਹੀਂ ਆਏਗੀ ਕਿਸੇ ਨੂੰ। ਤੁਹਾਡੇ ਮਰਨ ਤੋਂ ਬਾਅਦ ਲੋਕੀ ਮੈਨੂੰ ਸੋਚਣਗੇ ਕਿ ਯਾਰ ਇਹ ਬੰਦਾ ਕਿੱਦਾਂ ਦਾ ਵਾ, ਹਾਲੇ ਵੀ ਤੁਰਿਆ ਫਿਰਦਾ। ਯਾਰ ਇੱਦਾਂ ਥੋੜ੍ਹੀ ਹੁੰਦਾ ਹੈ, ਮੇਰਾ ਉਹਨਾਂ ਨਾਲ ਮਜ਼ਾਕ ਚੱਲਦਾ ਵਾ ਜੀ। ਮੈਂ ਤੁਹਾਨੂੰ ਕਹਿ ਸਕਦਾ, ਮੈਨੂੰ ਨਹੀਂ ਕਹਿ ਸਕਦਾ। ਮੈਂ ਜਦੋਂ ਰੋਡ ਸ਼ੋਅ ਕਰਦਾ ਸੀ, ਜਿਹੜੇ ਬੰਦੇ ਨੂੰ, ਜਿਹੜੇ ਬੰਦਾ ਸਾਡਾ ਟਾਰਗੇਟ ਹੁੰਦਾ ਸੀ ਕਿ ਇਹਨੂੰ ਜੁਗਤਾਂ ਕਰਾਂਗੇ ਜਾਂ ਇਹਦਾ ਮਜ਼ਾਕ ਕਰਾਂਗੇ, ਬਾਕੀ ਹੱਸਣਗੇ, ਉਹ ਜਦੋਂ ਕਹਿੰਦਾ ਸੀ ਨਾ ਭਾਜੀ ਤੁਸੀਂ ਮੈਨੂੰ, ਮੈਂ ਕਹਿੰਦਾ ਦੇਖ ਤੂੰ ਮੇਰੇ ਪ੍ਰੋਗਰਾਮ ਦੇਖੇ ਪਹਿਲੇ, ਉਹ ਕਹਿੰਦਾ ਸੀ ਮੈਂ ਹਾਂਜੀ ਦੇਖਦਾ। ਮੈਂ ਕਹਿੰਦਾ ਸੀ ਉਹਦੇ 'ਚ ਜਦੋਂ ਲੋਕਾਂ ਦੇ ਨਾਲ ਮੈਂ ਸ਼ੁਗਲ ਮੇਲਾ ਕਰ ਰਿਹਾ ਹੁੰਦਾ ਉਦੋਂ ਤੂੰ ਹੱਸ ਰਿਹਾ ਹੁੰਦਾ, ਅੱਜ ਤੇਰੀ ਵਾਰ ਤਾਂ ਲੋਕ ਹੱਸਣਗੇ, ਕੀ ਤਕਲੀਫ ਹੈ ਤੈਨੂੰ? ਉਹਨੂੰ ਏਦਾਂ ਚੋਪੜ ਕੇ ਫਿਰ ਸ਼ੁਰੂ ਹੋ ਜਾਈ। ਇਹ ਗੱਲ ਆ ਭੈਣ, ਤੁਸੀਂ ਇੱਕ ਕਿਤਾਬ, ਮੈਂ ਇੱਕ ਕਿਤਾਬ ਹਾਂ, ਸੜਦੀ ਬਲਦੀ ਤੂੰ ਇੱਕ ਬੱਦਲ ਬੇਪਰਵਾਹ। ਅਸੀਂ ਫਿਰ ਜੰਤਰੀ, ਦਿਲ ਦੀ ਧਰਤੀ ਮਿੰਤਾਂ ਕਰਦੀ ਸਾਡੇ ਦੇਸ਼ ਵੀ ਵੱਸਦਾ ਜਾ। ਉਹ ਇਹੋ ਸੁਣਿਆ ਗਾਣਾ ਮੈਡਮ ਦਾ ਨਾਦਰੀਨ? ਮੈਂ ਇੱਕ ਗੁਫਾ ਵਾਂ, ਆ ਗੁਫਾ, ਮੈਂ ਉਹ ਗੁਫਾ ਵਾਂ, ਮੈਂ ਇੱਕ ਗੁਫਾ ਵਾਂ ਜਿਹਦੇ ਅੰਦਰ ਹਨੇਰਾ ਵਾ, ਚਾਨਣ ਆ, ਲੋਡਾ ਵੇਲਾ ਵਾ, ਚਾਨਣੀ ਆ, ਅਗਰਬੱਤੀ ਆ, ਮੋਮਬੱਤੀ ਆ, ਠੀਕ ਹੈ ਜੀ। ਉਹਦੇ ਅੰਦਰ ਦੀਵੇ ਵੀ ਬਲਦੇ, ਉਹਦੇ ਅੰਦਰ ਕਦੀ ਕਦੀ ਹਨੇਰਾ ਹੋ ਜਾਂਦਾ। ਮੇਰਾ ਮੂਡ ਇਸ ਤਰ੍ਹਾਂ ਦਾ, ਹੁਣੇ ਹੀ ਦਿਲ ਕਰੇ ਤੁਸੀਂ ਕਹੋ ਉਸਤਾਦ ਜੀ ਕੀ ਹੋ ਗਿਆ, ਪਤਾ ਨਹੀਂ ਉਸਤਾਦ ਜੀ ਇੰਜ ਲੱਗਦਾ ਵੀ ਜ਼ਿੰਦਗੀ ਪੂਰੀ ਹਾਰ ਕੇ ਬਹਿ ਗਏ ਨੇ। ਠੀਕ 2 ਘੰਟੇ ਬਾਅਦ ਤੁਹਾਨੂੰ ਪਤਾ ਲੱਗੇਗਾ ਉਸਤਾਦ ਨੂੰ ਸਾਨੂੰ ਵੀ ਥੱਲੇ ਲੈ ਲੂ ਕੇ ਉੱਤੇ ਬੈਠੇ ਸਾਡੇ। ਇਹ ਹੈ ਸਜਾਦਜਾਨੀ, ਜਿਸ ਕੀ ਸਮਝ ਆਪਕੋ ਨਹੀਂ ਆਨੀ, ਆਪ ਜਬ ਤੱਕ ਆਪਣੀ ਜ਼ਿੰਦਗੀ ਆਪ ਨਹੀਂ ਸਮਝ ਸਕਦੇ, ਉਸਕੇ ਬਾਅਦ ਦੇਖੀਏਗਾ ਕਿਆ ਆਪਕੋ ਮੈਂ ਉੱਪਰ ਸੇ ਕੈਸੇ ਨਜ਼ਰ ਆਤਾ ਹੂੰ। ਇੱਕ ਨਾ ਚਾਈਨੀ, ਮੈਂ ਭੂਲ ਭੁਲੱਈਆ ਹੂੰ, ਯੇ ਅੱਛੀ ਬਾਤ ਹੈ, ਬੜੀ ਗੱਲ। ਚਾਈਨੀਜ਼ ਦੀ ਕਹਾਵਤ ਹੈ ਨਾ ਕਿ ਸ਼ਾਂਗੀਆਂ ਭੂਕੀ ਛਾਂਕਾ ਪੱਲੀਆਂ, ਹਾਂ ਮਾਂ ਕੀ ਸ਼ਾਂਗੀ ਭੂਕੀ ਲੇ ਪਰਾਠੀ, ਹਾਂ ਕਿ ਭੱਜਦਿਆਂ ਨੂੰ ਮਾਂ ਇੱਕੋ ਜਿਹਾ। ਹਾਂਜੀ ਬਿਲਕੁਲ ਸਹੀ, ਇਹ ਨਾ ਬੜੀ ਵੱਡੀ ਗੱਲ ਹੈ ਕਿ ਤੁਸੀਂ, ਨਹੀਂ ਨਹੀਂ ਤੁਸੀਂ ਦੱਸੋ ਜਾਂ ਤੇ ਦੱਸੋ ਮੈਂ ਗਲਤ, ਮੈਂ ਕੋਈ ਝੂਠ ਬੋਲਿਆ ਕੋਈ ਨਾ ਬਈ, ਕੋਈ ਨਾ ਝੂਠ ਬੋਲਿਆ। ਉਸਤਾਦ ਜੀ ਆਪ ਅੱਜ ਥੋੜਾ ਹੱਥ ਲੱਗ ਰਹੇ ਹੈ,
थोड़ा हाथ जी। अच्छा यानी हाथ तंग जरा? नहीं नहीं, थोड़ा हाथ मतलब थोड़ा हाथ इहदा मतलब आ, थोड़ा हाथ दा मतलब आ हैंडसम। यस गुस्से गुस्से विच गल दी गाल बन जाए, गल्ला गल्ला विच गल वधाई दी नहीं, वाह गाल मां दी करे सीना छलनी, गाल पैन दी सुनी सुनाई दी नहीं, मिठा बोल के जे दुश्मन मोम हो जाए उस मोम नू अग बखाई दी नहीं, उस मोम नू अग बखाई दी नहीं। अगे चौथा मिसरा भी हुंदा वा भाई। गुस्से दी अग प्यार बुझावे, गुस्से दी अग प्यार बुझावे, ओ गुस्से दी अग पानी जे गल बिगड़ गई मुड़ के सूत नहीं पानी जे। मेनू भी चंट पवाए प्यार जिया कोई अमृत है नी, नफरत वर्गी जहर नहीं, ओ प्यार जिया कोई अमृत है नी, नफरत जिया कोई जहर नहीं, प्यार जिया कोई अमृत है नहीं, नफरत वर्गी जहर नहीं, प्यार वर्गा कोई अमृत है नहीं, नफरत वर्गी जहर नहीं, तेरे की कोई खच भी है नहीं, दोवां ते पारी दोवां ते मेरा वीरा दोवां ते एक कदम दोस्ता। प्यार जिया कोई अमृत है नहीं, नफरत वर्गी जहर नहीं, प्यो जिया सिर हाथ नहीं ते मां जिया कोई पैर नहीं, हाय 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 वाह वाह क्या कहने। अंदर मेरी 500 पिया सी किसी ने चुकया बेटा अज तेरी खैर नहीं। ए किसे दी गल मेरे ते क्यों पाई जांदे हो, घर च लाल डन लगी हुंदी गुस्से दी अग प्यार बजावे, छोटी भैन को प्यार लिया हुंदा ही गुस्से दी अग प्यार बुझावे, थाने बरात बढ़ाई हुंदी हो 10,000 घंटे दी फिल्म हुंदी ओ 9 गज लंबा सिगरेट हुंदा ही ओए ओए मेरी जुगत सी यार आ गई ओए गुस्से यानी तुसी कही हो जी गुस्से दी अग प्यार बुझावे खुदी ते लैपटॉप पिया हुंदा लो जी नाज़रीन कंगे ना भाई बीजी कीती हुंदी ए अगे भी हो गई है हां जी किन्नी कु वारी करनी है भाई बीजी करनी यार नहीं हुण अगले साल करी यार की फसल तो ला ली है ए कहीं यार गुस्से दा प्यार गुस्से दी अग प्यार बुझावे सिर कटे दा चीर कटे हुंदी वाह एक वारी कहणा जी जरा मेमोरी कार्ड जो वहां पर आई हुंदी ये ठीक से गुस्से वाली कहना जी सर गुस्से दी अग प्यार बुझा ले आ गूंगे को लान कराया हुंदा जी नर्स ने लत घुमाई हुंदी आ जज लग किन्नी सारियां पुरानियां आ तुसी गुस्से नर्स ने लत कराई आ कंगे ना भाई अच्छा मैं काम वाली को बैर कढाया जी आ नहीं नहीं ये सारे तो कट गया आ मुंडे नु गुस्सा आ गया जी आ ये करयो जो आ करयो जी आ मेरा नाम जॉगर हुंदा जी गुस्से दी अग प्यार बुझावे शगना दा जहर हुंदा नाज़रीन गल आ समझ नहीं आ रही की करिए नहीं नहीं समझ तो साथ जी ये नहीं आ रही है अज खैर ते है वाह माशाल्लाह आज ते साथ जी गुची पाई है सारी लो जी मेरी गाड़ी तो पकड़ के लाओ उठो उठो जा काका उठो उठ पोता ताजी वो तो सेल मोगे आओ नहीं वो मोगे वो लेके आ दूसरी जो गोल्डन वाली कल मैंने पहनी थी गोल्डन पहनते हैं इसी के साथ आओ हाय हाय और उससे कहो के ना चाय भी बनाए मेरे लिए ओए मेरे गुगे ओ ला दियो मिते ओ साजी मैं तुहाडे नाल पालो मितो लागो गगो मिले नाल साजी कल निजाम करता सी हां माशाल्लाह सदके वाला जेड़ा मैं कहा सी जी ठीक है ना
मेरा हाल हिस्टरी पहली बार होगा कि किसी भरा ने अपनी ऑडियंस का सदका दिता और जैनवन दिता और बनता सी लव यू सारे का ही अपना भी ताड़ा भी सारे का लेकिन खास उन्होंने अल्लाह पाक करम करे सारे दे। खुश रहो हंसद मुस्कुराते रब तुहाडियां टेंशन परेशानियां दूर करे टेंशन नहीं लेनी मैं कल सारी सलमान में डिस्कस कर रही मैं यार लाइफ च फर्स्ट टाइम होया कि ऑडियंस दा किसे ने सदका दिता अच्छा मुअद्दब ना हो मिठे पता मेरा मैं उस्ताद जी दे भी लेके आ मर तू भी जाना वा तेरे भी मेरे तो मर जाना वा मर फिर तू भी जाना आहो वाह क्यों चटैल खुदा जब हुस्न देता है नजाकत आ ही जाती है जीवन के दिन छोटे सही हम भी बड़े दिल वाले कल की हमें फुर्सत कहां देखें जो हम्मत वाले वाह वाह साजी ये कहंदे ने ओ एक मलयालम जे विच ना एक कहावत कहंदे इंडेड पूड इंडिया जिंदगी च साजी हुण मेरा दिल करदा वा के हुण जिहड़ा ना एक निजाम कड़कावा नियत करो उस्ताद जी मिठे ओके अरेंज कर हाजी मिठू अगे कह दिया वा हाजी मिठू कर दो यार रिश्ता दरकार रकासा आ जाणगियां कितों ना कितों तू रिश्ते दा कर कुछ चेक कर लो कोई मसला मसाइल तोर के भी देख लो पवन गा के भी देख लो सुन लेना भी थोड़ा जिहा लगा है ट्रैक्टर भी मैं बना लेना मेरे को कंप्यूटर पे है यानी मैं हर फन दमाद हाँ मैं हर फन भनवैया नहीं नहीं साजी तुसीं इस उम्र हुण वैसे भी तुहानूं चाहिए ना ना उम्र उमरा ते पुछदे नादान ओए उमरा च की रखिया दिल होना चाहिदा जवान ओए उमरा च की रखिया लेकिन साजी मैं तुहानूं एक गल दसां ऐ तुसी व्याह हुण करो वेखी रिज़क दे विच मजीद फरावानी हो जाणी जे ऐ मैं अजमाया वा बहुत सारे मैं पिछले अपने दे अच्छा यार मैनूं एक गल ते दस कुछ 40 के मेरी जिंदगी च ऐसे बंदे ने बंदे बंदियां जिहड़ियां ए क्लेम कर रहे ने ऐ साडी वजह तों अज इत्थे जलीलो खवा मेहनत इना कुछ इना सारा ठीक है कर करा अच्छा एक तो हुंदा ना कि एक मिसाल आ हुण इस टाइम जो मैं विआह करदा वा हुण तो 6 महीने बाद मेरी नवी बुढ़ी कहिंदी आ जो भी तुहाडे कोल ना मेरी वजह तों तू तो 6 महीने पहले आई ही पैरां दा सदका तुहानूं मिलण डिया भाई बुढ़ी दी गल कर रहा तू जिहड़ी गल कही कि उस्ताद जी रिज़क दी फरावानी हो जाएगी 40-50 बंदे नूं वैसे देई जांदा है ਹੁਣ ਕਿੰਨੀ ਕੁ ਫਰਾਵਾਨੀ ਚਾਹੁੰਦਾ ਵਾ ਨਹੀਂ ਨਹੀਂ ਉਹ ਫਰਾਵਾਨੀ ਹੋਰ ਹੁੰਦੀ ਮਿੱਠਾ ਹੀ ਸਮਝਿਆ ਕਰੋ ਵਿਆਹ ਸ਼ਾਦੀ ਜਿਹੜੀ ਆ ਬੁਰੀ ਚੀਜ਼ ਨਹੀਂ ਹੈਗੀ ਲੇਕਿਨ ਬਸ ਇੰਨੀ ਹੋਣੀ ਚਾਹੀਦੀ ਕਾਫੀ ਆ ਉਹ ਇੰਨੀ ਵੀ ਅੱਛੀ ਨਹੀਂ ਹੈਗੀ ਲੇਕਿਨ ਉਸਤਾਦ ਜੀ ਹੁਣ ਤੁਸੀਂ ਬਸ ਅੱਲਾ ਅੱਲਾ ਕਰੋ ਆਪਣਾ ਜਿਹੜਾ ਨਾ ਉਹ ਸ਼ਾਦੀ ਇੰਨੀ ਵੀ ਅੱਛੀ ਨਹੀਂ ਜਿੱਥੇ ਵੇਲੇ ਟੰਗੇ ਉੱਥੇ ਨਿਕਾਹ ਨਾਵੇਂ ਟੰਗੇ ਹੋਣ ਵੀ 171 ਹੋ ਗਏ 172 ਹੋ ਗਏ ਇੱਕ ਦੋ ਠੀਕ ਹੋ ਜਾਂਦੇ ਹਿਸਟਰੀ ਜਦੋਂ ਦੁਹਰਾਈ ਜਾਏਗੀ ਨਾ ਉਸਤਾਦ ਜੀ ਦਾ ਨਾਮ ਸ਼ੇਮ ਮਲਕ ਤੋਂ ਉੱਤੇ ਆਏਗਾ ਆਹੋ ਯਾਰ ਤਾਂ ਸਾਨੂੰ ਸ਼ੇਮ ਮਲਕ ਨੇ ਵੀ ਕੀਤਾ ਠੀਕ ਹੈ ਤਾਜੀ ਸਾਨੀਆ ਮਿਰਜ਼ਾ ਨੇ ਵੀ ਕਹਿ ਦਿੱਤਾ ਵਾ ਕਿ ਸ਼ੇਮ ਮਲਕ ਜਿਹੜਾ ਵਾ ਉਹ ਔਰਤਾਂ 'ਚ ਇੰਟਰਸਟਿਡ ਸੀ ਨਹੀਂ 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 ਉਹਨੇ ਸਾਜੀ ਟਵੀਟ ਕੀਤੀ ਕਿ ਗੁੱਡ ਲੱਕ ਫਾਰ ਨਿਊ ਲਾਈਫ ਇਹ ਨਹੀਂ ਕੀਤਾ ਇਹ ਖਾਨਦਾਨੀ ਔਰਤਾਂ ਦੇ ਸ਼ਾਮਿਲ
डिवोर्स हो चुकी सी कोई मतलब के पाकिस्तान रहन च इंटरेस्ट नहीं सी कोई इस किस्म दा चक्कर सीगा खुशी खुशी लैदा होए ने ते उन्हां अगो भी बेस्ट विशेस दा मैसेज कीता किसी ने नहीं कहा ये पहले बच्चों का हकूक नहीं दे रहे सर एक स्टार खुश नहीं नहीं स्टार नहीं स्टार की गल नहीं दुआ करो अगो नसल चंगी मिले हाँ। वो स्टार स्टूर कितने नसल माड़ी होंगी उन्हें रोल देना सी हाँ जी स्टार स्टूर की गल नहीं हैगी सर गल लेंदे हाँ जी फिर फर्क होंदा ना नादरीन तुसी गौर नहीं कर रहे अज जेड़ा तुसी कह रहे तेरी बिंदिया ओ जरा सुना दे तेरी बिंदिया रे आए हाय तेरी बिंदिया रे तेरी बिंदिया रे आए हाय तेरी बिंदिया रे वाह 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 सजन बिंदिया ले लेगी मेरी बिंदिया रे आए हाय यार तू एक तो रोक लेना बेच यही काम सी गाने च मुझे एक नहीं ठीक सजन बिंदिया ले लेगी तेरी बिंदिया रे आए हाय कच्चा टाड़ी कच्चा टाड़ी कच्चा टाड़ी टोया टप्पे टपो कच्चा टाड़िया हाँ लो जी नादरीन सुकून हो गया ताजी हाय हाय अच्छा गल हो रही सी कि ताजी रोबोट अगर मिथे को आ जाए गल की थी ना रोबोट अगर मिठे को आ जाए तो मिठा तो की काम लै रहा है अच्छा रोबोट जिहड़ा उस्ताद जी फंक्शन उहदे दिमागी तौर ते उही हुंदे जिवें बंदे हुंदे सारा कुछ उही है उहदे च मतलब उहदे च इंस्टालेशन कीती ना इंस्टाल कीता हर गल दुनिया जानदी हर गल ते उस तों बाद उह वर्किंग करदा पूरा ताज जी उत्तर मौजू कह इहने समोसियां दी दुकान ते उत्थे पाया उह चारा सारी दिहाड़ी थल्ले पैरां भर बह के चटनियां दे लिफाफे भरदा रहिंदा यकीन कर अच्छा अच्छा हालांकि रोबोट टोटल लोहे दा कोई जान नहीं चगी ਇੰਨਾ ਭੌਂਦਾ ਸੀ ਉਹਨੂੰ ਉਹ ਸ਼ਾਮ ਨੂੰ ਨਾ ਵਿਚਾਰਾ ਇੰਜ ਉੱਠਦਾ ਸੀ ਰੋਬੋਟ ਤੇ ਯਕੀਨ ਕਰੋ ਨਾੜਾ ਤੇ ਨਾੜਾ ਚੜ ਗਈ ਉਹਨੂੰ ਤੇਲ ਦੇ ਕੇ ਹਟਾ ਦਿਆ ਰੋਬੋਟ ਉੱਠਦਾ ਉਹਦੇ ਕੜਕਿਆਂ ਦੀ ਆਵਾਜ਼ ਆਹ ਪਟਾਕੇ ਕਰਦੇ ਅੱਛਾ ਇਹਨੇ ਸਮੋਸੀਆਂ ਤੇ ਲਾਇਆ ਤੇ ਸੇਕ ਪੈ ਪੈ ਇੱਕ ਪਿਘਲ ਗਏ ਨਹੀਂ ਰੋਏ ਦਾ ਸੀ ਨਾ ਤੱਤਾ ਹੋ ਗਿਆ ਫਿਰ ਅਬਾਸ ਨੇ ਉਸਤਾਦ ਜੀ ਰੋਬੋਟ ਰੱਖਿਆ ਬੜਾ ਸੋਹਣਾ ਖੂਬਸੂਰਤ ਰੋਬੋਟ ਇੱਕ ਦੋਸਤ ਨਾਲ ਕਿਤੇ ਦੀ ਮੁਲਾਕਾਤ ਕਰਾਈ ਔਰ ਰੋਬੋਟ ਉਹਨਾਂ ਡਾਇਰੈਕਟ ਹੋ ਗਿਆ रोबोट इन थड़ी ते बैठा मैं इत्थे बैठा कहिंदा बूहे नहीं खोलन दे भाजी बूहे नहीं खोलन दे भाजी ਉਹ ਕਿਤੇ ਗਰਮ ਹੋ ਗਏ ਸ਼ਾਰਟ ਸਰਕਟ ਹੋ ਗਿਆ ਇਹਦੇ ਚਪੇੜਾ ਮਾਰਨ ਲੱਗ ਭਾਜੀ ਦਿਮਾਗ ਖਰਾਬ ਹੋ ਇਹਨੇ ਰੋਬੋਟ ਰੱਖਿਆ ਉਹਦੇ ਇੱਥੋਂ ਆਵਾਜ਼ ਝਾੜ ਹੋਇਆ ਉਹਦੀ ਰੋਬੋਟ ਦੀ ਇਹਦੇ ਤੇ ਬੈਟਰੀ ਲੋ ਹੋਈ ਉਹਦੀਆਂ ਨਾਸਾਂ ਚ ਰੂਹ ਤੁਰ ਪਈ ਕਹਿੰਦਾ ਫੌਤ ਹੋ ਗਿਆ ਭਾਜੀ ਰਿਮੋਟ ਨੂੰ ਇੰਨਾ ਬੰਦਾ ਸੀ ਉਹ 20-25 ਰਿਮੋਟ ਇਕੱਠੇ ਕਰਕੇ ਫਿਰ ਹੁੰਦਾ ਕਹਿੰਦਾ ਇਹਨੂੰ ਨਹੀਂ ਛੱਡੂਗਾ ਰੋਬੋਟ ਨੂੰ ਕੋਠੇ ਤੇ ਚੜਾਇਆ ਤੇ ਉਹਨੂੰ ਗੁੱਡੀ ਉਡਾ ਰਿਹਾ ਤੇ ਉਹ ਇੰਜ ਕਰੀ ਜਾਂਦਾ ਗੁੱਡੀ ਇਕੱਠੀ ਗਈ ਰਾਤ ਪੈ ਗਈ ਇਹ ਭੁੱਲ ਕੇ ਥੱਲੇ ਆ ਗਿਆ ਉਹ ਰਾਤ ਦੇ 2 ਵਜੇ ਤੱਕ ਲੈ ਨਹੀਂ ਗਈ ਟੋਬੇ ਵਾਪਸੀ ਤੋਂ ਕਿਤੇ ਬੈਟਰੀ ਮੁੱਕ ਗਈ ਉੱਥੇ ਕਿਤੇ ਰਹਿ ਗਿਆ ਦੇਖਿਆ ਰੋਬੋਟ ਹੀ ਨਹੀਂ ਆਉਣ ਰਹਿ ਗਿਆ
ਜੀ ਰਿਮੋਟ ਲੈ ਲਿਆ, ਦੋ ਕੁ ਮਹੀਨੇ ਬਾਅਦ ਉਹਨੂੰ ਨਾਈ ਕੋ ਲੈ ਕੇ ਬੈਠਾ ਕਿਹਦੀ ਕਟਿੰਗ ਕਰਦੇ ਕਟਰ ਲਵਾਇਆ ਇਹਦਾ ਭਰਾ ਕਲਫ ਕਲਫ ਲਵਾ ਕੇ ਬੈਠਾ ਇਹਦਾ ਭਰਾ ਨਸ਼ਾਈ ਸੀ ਭਾਈ ਉਹਨੇ ਪਹਿਲੇ ਦਿਨ ਰਿਪੋਰਟ ਵੇਚਦਾ ਕਬਾੜੀ ਨੂੰ ਸੋਲਾ ਤੋਲਣ ਲੱਤਾਂ ਤੋਂ ਫੜ ਕੇ ਅੱਜ ਕੱਲ੍ਹ ਬਜ਼ੁਰਗ ਨਾ 96 ਕੁ ਸਾਲ ਦਾ ਰਿਪੋਰਟ ਲੈ ਲਿਆ, ਉਹਦੇ ਨਾਲ ਛੋਟੀ ਵੀ ਹੈ, ਉਹ ਗਲੇ ਚ ਤੁਰਿਆ ਰਿਹਾ ਕਰਕੇ ਸੌ ਜਾਂਦੇ ਸੀ, ਰਿਪੋਰਟ ਖੰਘਦਾ ਰਹਿੰਦਾ। ਅੱਛਾ ਐਂਡ ਤੇ ਉਹਦੀ ਮੰਜੀ ਬਾਹਰ ਡਾਈ ਰਿਪੋਰਟ ਦੀ। ਇਹਨੇ ਨਾ ਚੋਰ ਟੈਪ ਰਿਪੋਰਟ ਲੈ ਆਉਂਦਾ, ਚੋਰ ਸੀਗਾ। ਪਹਿਲੇ ਦਿਨ ਇਹਨੇ ਕਿਤੇ ਪੈਸੇ ਪੂਸੇ ਦੇ ਕੇ ਭੇਜਿਆ ਕਿ ਬਿੱਲ ਲਾ ਕੇ, ਉਹ ਲਾ ਕੇ ਬਿੱਲ ਨਹੀਂ ਲਾਇਆ, ਉਹ ਘਰ ਕਿਤੇ ਨਿਕਲ ਗਿਆ ਗਾਂ ਹੀ ਸਰਗੋਤੇ ਵਾਲੀ ਸਾਈਡ ਤੇ ਨਿਕਲ ਗਿਆ ਪੈਸੇ ਕਰਦੇ, ਕਹਿੰਦਾ ਓਕੇ ਲਾ ਫਿਰ ਭਾਈ। ਰਿਪੋਰਟ ਨੂੰ ਨਿਊ ਖਾਨ ਦੇ ਵਿੱਚ ਬਿਠਾ ਕੇ ਕਿਤੇ ਲਾਹੌਰ ਲੈ ਕੇ ਉਹਦੇ ਸਾਰੇ ਕਾਬਲੇ ਕੁਬਲੇ ਖੋਲ ਕੇ ਰਿਪੋਰਟ ਬੱਸ ਕਿੱਲ ਰਿਹਾ ਫਿਰ ਤਾਜੀ ਇੰਨਾ ਕੁ ਲੋਹਾ ਚੁੱਕ ਕੇ ਫਿਰਨ ਦਿਆ। ਮੈਂ ਕਿਹਾ ਇਹ ਕੀ ਕਹਿੰਦਾ, ਇਹ ਰਿਪੋਰਟ ਛਿਲੇ ਚ ਛੋਟਾ ਰਿਪੋਰਟ ਛਿਲੇ ਚ ਓਏ ਹੋਏ ਹੋਏ ਰਿਪੋਰਟ ਲਿਆਂਦਾ ਉਹਦਾ ਨਾਮ ਪਾਇਆ ਭੋਲਾ। ਕਿਸ਼ਤਾਂ ਰਿਪੋਰਟ ਅਕਸਰ ਏਦਾਂ ਕਰਦਾ, ਕਿਸ਼ਤਾਂ ਦਾ ਰਿਪੋਰਟ ਲੈ ਲਿਆ ਤੇ ਉਹ 5 ਤਰੀਕ ਤੱਕ ਲਾਸਟ ਕਿਸ਼ਤ ਸੀ, ਉਹ 5 ਨੂੰ ਰਾਤ 12 ਤੱਕ ਕਿਸ਼ਤ ਨਹੀਂ ਸੀ ਨਾ ਦਿੰਦਾ, ਤੇ 5:20 ਤੋਂ ਮਾਲਕ ਕੋ ਚਲਾ ਜਾਂਦਾ। ਰਿਪੋਰਟ ਆਪ ਮਿਹਨਤ ਮਜ਼ਦੂਰੀ ਕਰਕੇ ਆਪਣੀ ਕਿਸ਼ਤਾਂ ਲਾਉਣ ਡਿਆ, ਇਹਨੂੰ ਕਹੀ ਭਾਈ ਨੂੰ ਲੈ ਜਾਣਾ ਉਹਨਾਂ ਨੇ। ਅੱਛਾ ਰਿਪੋਰਟ ਨੂੰ ਇੰਨਾ ਭੁੱਖਿਆ ਰੱਖਦਾ ਸੀ, ਸੁੱਤਾ ਹੁੰਦਾ ਸੀ ਰਿਪੋਰਟ ਜੇਬ ਚ ਪੈ ਕੱਢ ਕੇ ਨਾਸ਼ਤਾ ਕਰ ਆਉਂਦਾ। ਮਹੀਨਾ ਰਿਪੋਰਟ ਲੱਭਾ ਹੀ ਨੀ ਇਹਦਾ ਭਾਜੀ, ਜਦੋਂ ਮਹੀਨੇ ਬਾਅਦ ਲੱਭਾ ਤੇ ਨਸ਼ੇ ਤੇ ਲੱਗ ਕੇ ਰਿਪੋਰਟ ਨਿਕਲ ਰਿਹਾ ਯਾਰ। ਰਿਪੋਰਟ ਨੂੰ ਲੈ ਕੇ ਹਕੀਮ ਕੋ ਫਿਰਨ ਡਿਆ, ਕਹਿੰਦਾ ਇਹਨੂੰ ਬੱਤ ਆਉਣ ਡਿਆ। ਰਿਪੋਰਟ ਗੱਲਾਂ ਕਰਦਾ ਕਰਦਾ ਇੰਜ ਕਰ ਰਿਹਾ ਜੀ ਸਰ, ਹਾਂਜੀ ਰਿਪੋਰਟ ਨੂੰ ਡਕਾਰ ਆ ਰਹੀ ਆ। ਏਡਾ ਮਾੜਾ ਰਿਪੋਰਟ ਲਿਆਉਂਦਾ, ਬੈਠਾ ਬੈਠਾ ਰਿਪੋਰਟ ਕਹਿੰਦੇ ਉਹ ਮੇਰੇ ਕੋਲ ਪੈ ਗਿਆ ਯਾਰ। ਇਹਦੇ ਭਰਾ ਨੂੰ ਸੀ ਪਤਾ ਵੀ ਇਹਨੇ ਰਿਪੋਰਟ ਲੈ ਕੇ ਆਉਂਦਾ, ਇਹਦਾ ਭਰਾ ਕੇ ਰਿਪੋਰਟ ਨਾਲ ਗੱਲ ਕਰਿਆ, ਰਿਪੋਰਟ ਨੇ ਗਲਤ ਗੱਲ ਕੀਤੀ ਤਾਂ ਪੁਰਾਣੇ ਥੱਪੜ ਮਾਰੇ ਦੇ ਉਂਗਲੇ ਟੁੱਟ ਗਏ ਇੰਜੋ ਕੇ ਵੀ ਮਾਮਾ ਲੋਹੇ ਦਾ ਵਾ ਠਾ ਵੱਜੀ ਉਹ ਪੱਜਾ ਹੀ ਇੰਜੋ ਗਿਆ ਵਿਚਾਰੇ ਦਾ। ਰਾਜੀ ਇਹ ਮੁਨਾਫਕ ਰਿਮੋਟ ਲਾਇਆ ਤੇ ਉਹ ਜਾਂਦਾ ਜਾਂਦਾ 3-4 ਰਿਮੋਟਾਂ ਨੂੰ ਖਲੋ ਖਲੋ ਕੇ ਜਾਂਦੇ ਆ, ਮੇਰੀ ਗੱਲਾਂ ਕਰਦਾ ਗਿਆ ਨਾ। ਅੱਛਾ ਚੁਗਲੀਆਂ ਕਰਦਾ ਜੀ। ਅੱਛਾ ਯਾਰ ਗੱਲ ਇਹ ਆ ਕਿ ਉਹਦੇ ਉਸ ਜ਼ੇਹਨ ਚ ਗੱਲ ਹੁੰਦੀ ਆ, ਕਿਸ਼ਤਾਂ ਦੇ ਰਿਮੋਟ ਲੈਂਦਾ ਕਿਤੇ 3 ਕੁ ਕਿਸ਼ਤਾਂ ਸ਼ਾਰਟ ਕੀਤੀਆਂ ਉਹਨੇ ਭਾਈ ਹੈਕ ਕਰਤਾ ਉੱਥੇ ਹੀ ਖਲੋਤਾ ਚੌਂਕ। ਮੈਂ ਵੀ ਸੋਚਦਾ ਯਾਰ ਰਿਪੋਰਟ ਲਿਆ ਕੇ ਨਾ ਕੈਮਰਿਆਂ ਤੱਕ ਰਿਪੋਰਟ ਪਾ ਦਈਏ। ਸਹੀ ਗੱਲ ਸਾਜੀ, ਇਹਨਾਂ ਨਾਲ ਠੀਕ ਕੰਮ ਕਰੋ। ਆਹੋ ਰਿਪੋਰਟ ਨੂੰ ਸਿਸਟਮ ਕਰ ਦਈਏ ਵੀ ਆਹ ਕੈਮਰਾ ਇਦਾਂ 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 ਬੈਠਾ। ਸਾਜੀ ਇੱਦਾਂ ਸ਼ੂਟਰ ਰਿਮੋਟ ਲਾਇਆ ਮੁਹੱਲੇ ਵਾਲੇ ਇਹਨੂੰ ਆਣ ਕਹਿੰਦੇ ਉਹ ਤੇਰਾ ਜ਼ਰਾ ਤੇਜ਼ ਆ, ਇਹਨੂੰ ਕੰਮ ਭੇਜੀ ਤਾਂ ਉਹਨੇ ਚੇਤੀ ਆ। ਅੱਛਾ ਰਿਪੋਰਟ ਲੈਣ ਗਿਆ ਵਾ, ਹੁਣ ਰਿਪੋਰਟ ਲੈ ਕੇ ਬਾਹਰ ਨਿਕਲਿਆ, ਰਿਪੋਰਟ ਜ਼ਰਾ ਸ਼ਕੀਨ ਮਜ਼ਾਜ ਸੀ, ਕਹਿੰਦਾ ਹੁਣ ਰਿਪੋਰਟ ਨਹੀਂ ਵੀ ਲੈ ਤਾ। ਅੱਛਾ ਇਹਨੇ ਰਿਪੋਰਟ ਲੈ ਕੇ ਬਾਹਰ ਪਾਤਾ ਘਰ ਦੇ ਚੌਕੀਦਾਰਾ, 2 ਵਜੇ ਇਹਨੇ ਬਾਹਰ ਦੇਖਿਆ ਰਿਪੋਰਟ ਐਂ ਲਿਆਉਂਦੇ ਆ। ਮੇਰੇ ਨਾਮ ਤੇ ਬੈਂਕੋ ਕਰਜ਼ਾ ਲੈ ਬੈਠਾ, ਹੁਣ ਮੈਨੂੰ ਲੋਕ ਲੱਭਦੇ ਫਿਰਦੇ ਕਿਦਾਂ ਮੈਂ ਅੱਗੇ ਪਿੱਛੇ ਹੋਇਆ। ਅੱਛਾ ਪੁੱਠੇ ਕੰਮ ਤੇ ਕੋਈ ਕਰਾਉਣ ਡਿਆ, ਰਿਪੋਰਟ ਕਬਾਬ ਲਾਉਣ ਡਿਆ ਯਾਰ। ਇਹ ਕੋਈ ਮੈਂ ਤਾਂ ਦੱਸਿਆ ਦੂਜੇ ਮੁਲਕਾਂ ਚ ਸਾਰਾ ਹਿਸਾਬ, ਤੁਸੀਂ ਸੋਚੋ ਕਿ ਪਾਕਿਸਤਾਨ ਦੇ ਵਿੱਚ ਹਰ ਦੁਕਾਨ ਤੇ ਹਰ ਜਗ੍ਹਾ ਤੇ ਹਰ ਛੱਲੀਆਂ ਲਈ ਰੇਹੜੀ ਤੇ ਵੀ ਰਿਪੋਰਟ ਖੜਾ ਵਾ। ਸਹੀ ਗੱਲ, ਹਿਸਾਬ ਲਾਓ ਤੇ ਉਹਦਾ ਕੋਈ ਸਿਸਟਮ ਖਰਾਬ ਹੀ ਹੁੰਦਾ ਨਾ, ਸ਼ਾਰਟ ਹੋ ਗਿਆ
ਸ਼ਾਰਟ ਹੋ ਗਿਆ ਤੇ ਉਹਨੇ ਪੂਰੀ ਰੇਹੜੀ ਥੱਲਿਓ ਤੱਕ ਕਰ ਦਿੱਤੀ ਭਾਈ ਤੇਰਾ ਰਿਪੋਰਟ ਖਰਾਬ ਹੋ ਗਿਆ ਉਹਦੀ ਸਪੀਡ ਤੇਜ਼ ਹੋ ਗਈ ਉਹਨੇ ਰੇਤ ਪੂਰੀ ਮਹੱਲੇ ਚ ਖਿਲਾਰ ਇਹਨੇ ਮਾੜੇ ਕੰਮ ਕੋਈ ਕਰਾਉਣੇ ਨਾਲ ਦਾ ਘਰੋਂ ਰਿਪੋਰਟ ਜਾ ਕੇ ਬਾਜੀ ਥੋੜਾ ਸਾਲ ਲੈਂਦੇ ਅੱਛਾ ਇਹਨੇ ਬੈਕਰੀ ਪਾਈ ਉੱਥੇ ਰਿਪੋਰਟ ਰੱਖ ਲਿਆ ਅਕਾਊਂਟ ਤੇ ਗੱਲੇ ਚ ਆਪਣੀ ਲੋ ਵੀ ਇਹ ਬਿਲਕੁਲ ਨੀ ਖਰੇਗਾ ਉਹਦਾ ਕਿਤੇ ਅੰਦਰੋਂ ਪੁਰਜ਼ਾ ਖਰਾਬ ਹੋ ਗਿਆ ਉਹ 100 ਲੈ ਕੇ 900 ਬਾਕੀ ਦੇ ਜਾ ਰਿਹਾ ਪਾਗਲ ਹੋ ਗਿਆ ਉਹਦਾ ਸਿਸਟਮ ਅੰਦਰੋਂ ਖਰਾਬ ਹੋ ਗਿਆ ਰਿਪੋਰਟ ਆਟੇ ਵਾਲੀ ਲਾਈਨ ਚ ਲਾਇਆ ਦੱਸ ਉਹ ਵਿਚਾਰਾ ਕੋ ਤੇਜ਼ ਹੋ ਗਿਆ ਸਾਰੇ ਥੱਲੇ ਦੇ ਉਹਨੇ ਮਾਈਆਂ ਡਿੱਗੀਆਂ ਪਈਆਂ ਅਗਲੇ ਦੀ ਬੱਖੀ ਦੇ ਵਿੱਚ ਹੱਥ ਲਗਾ ਅਗਲੇ ਦੇ ਇੱਥੋਂ ਢਿੱਡ ਚੋਂ ਹੱਥ ਕੱਢ ਕੇ ਉਹਨੂੰ ਕਹਿੰਦੇ ਦੇ ਦੇ ਰਿਪੋਰਟ ਲੈ ਕੇ ਆਇਆ ਉਹਦਾ ਲੋਹੇ ਦਾ ਹੱਥ ਹੁੰਦਾ ਉਹਨੂੰ ਵੀ ਛਾਪਾ ਪਵਾਈ ਆ ਅੱਛਾ ਨੀ ਰਿਪੋਰਟ ਲੈ ਕੇ ਇੰਜ ਕੀਤਾ ਉਹਨੇ ਚੌਲ ਰੱਖੇ ਤੇ ਰਿਪੋਰਟ ਕਹਿੰਦਾ ਕੁੱਤੇ ਨੀ ਤਾਜੀ ਰਿਮੋਟ ਲੈ ਉਹ ਘਾਟ ਕਿਤੇ ਰੇਟ ਤੋਂ ਆਪ ਸਾਰੇ ਭੱਜ ਕੇ ਰਿਮੋਟ ਭਰਿਆ ਰਿਮੋਟ ਮਾੜੇ ਲਾਗੇ ਚ ਰਿਪੋਰਟ ਲੈ ਆਉਂਦਾ ਰਿਪੋਰਟ ਵੀ ਸਾਰਿਆਂ ਨੂੰ ਕਹਿੰਦਾ ਉਹ ਬਾਬਾ ਜੀ ਕਿੱਦਾਂ ਨਹੀਂ ਤਾਜੀ ਟੈਕਨੋਲੋਜੀ ਆਉਣ ਵਾਲੀ ਹੈ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਗੌਰ ਨਹੀਂ ਕਰ ਰਹੇ ਤੁਸੀਂ ਹਿਸਾਬ ਲਾਓ ਜ਼ਰਾ ਇਮੈਜਿਨ ਕਰੋ ਕਿ ਜਿੰਨੀ ਸਾਡੇ ਆਲੇ ਦੁਆਲੇ ਆ ਸਾਡਾ ਮਤਲਬ ਸਿਸਟਮ ਆ ਕੁਛ ਛੱਲੀਆਂ ਭੁੰਨਣ ਵਾਲਾ ਕੋਈ ਦੂਜਾ ਕੋਈ ਪੈਂਚਰ ਵਾਲਾ ਸਾਰੇ ਰਿਪੋਰਟ ਕੰਮ ਕਰਦੇ ਹੁਣ ਮਤਲਬ ਚਾਈਨਾ ਰਿਪੋਰਟ ਭੇਜ ਦੇਵੇ ਵੀ 3500 ਰੁਪਏ ਦਾ ਰਿਪੋਰਟ ਹੈ ਇਹਦੇ ਅੰਦਰ ਸਿਸਟਮ ਇਹਦੇ ਅੰਦਰ ਤੁਸੀਂ ਆਡੀਓ ਪਾਉਣੀ ਆ ਕਿ ਵੀ ਤੁਮਨੇ ਇਸ ਤਰ੍ਹਾਂ ਪੈਂਚਰ ਲਗਾਉਣਾ ਹੈ ਨੂੰ ਇੱਕ ਰੀ ਦਹਾਨੇ ਉੱਦਾਂ ਲਾਉਣ ਲੱਗ ਪਏਗਾ ਨਹੀਂ ਰਿਪੋਰਟ ਲੈ ਉਹ ਸਾਰਿਆਂ ਦੀ ਕੋਲਾ ਕਟਿੰਗ ਕਰੀ ਇਹਨੇ ਵੀ ਤਜਰਬਾ ਕੀਤਾ ਉਸਤਾਦ ਜੀ ਇਹਨੇ ਪੈਂਚਰਾਂ ਦਾ ਕੰਮ ਸਿਖਾਇਆ ਰਿਪੋਰਟ ਨੂੰ ਰਿਪੋਰਟ ਹੋਣੀ ਅੱਜ ਟੂਟੀ ਉੱਪਰ ਆ ਕੇ ਨਾ ਹਵਾ ਭਰਨ ਲਈ ਭੁੱਲ ਗਏ ਤੇ ਪਟਾਕਾ ਪੈ ਗਿਆ ਟੂਬ ਦਾ ਠਾ ਬਾਬਾ ਕਿਤੇ ਚੁੱਕ ਵੀ ਟੂਟੀ ਉੱਤੋਂ ਇਹਨੇ ਪੈਂਚਰਾਂ ਵਾਲਾ ਰਿਪੋਰਟ ਲਿਆਂਦਾ ਉਹ ਰੱਖ ਦਿੰਦੇ ਆ ਨਾਲ ਉਹ ਟੈਂਚ ਹੋਇਆ ਤਾਰਾਂ ਸੜ ਗਈ ਇਹਨੇ ਰਿਪੋਰਟ ਲਿਆਂਦਾ ਤੇ ਉਹਨੂੰ ਵਿੱਚ ਸਿਸਟਮ ਲਾਇਆ ਵੀ ਮੇਰੇ ਬੱਚੇ ਛੱਡਿਆ ਤੇ ਉਹ ਕਿਤੇ ਬਲੋਚਿਸਤਾਨ ਛੱਡ ਗਿਆ ਇਹਦੇ ਸਤਾਜੀ ਰਿਪੋਰਟ ਲਿਆ ਕੇ ਨਾ ਉਹਨੂੰ ਝੂਲਾ ਲਵਾ ਤਾ ਬੱਚਿਆਂ ਵਾਲਾ ਛੋਟਾ ਗਲੀ ਜੀ ਨਹੀਂ ਦਾ ਉਹ ਵਾਲਾ ਤੂੰ ਬਰੋੜ ਕਿਤੇ ਡਾਇਰੈਕਟ ਹੋ ਗਿਆ ਇਹਨੇ ਇੰਨੀ ਤੇਜ਼ ਝੂਲੇ ਤੇ ਬੱਚਾ ਕੁਛ ਹਾਥੇ ਡਿੱਗਿਆ ਕੋਈ ਤਾਂ ਡਿੱਗਿਆ ਉਹ ਇੱਕ ਫਰੀਦ ਨੇ ਘਰ ਰਿਪੋਰਟ ਲਿਆਦਾ ਚੰਗਾ ਭਲਾ ਸੀ 6 ਮਹੀਨੇ ਇਹਨਾਂ ਦੇ ਘਰ ਰਿਹਾ ਤੇ ਅੱਗੋਂ ਠੰਡ ਆਈ ਤੇ ਬਾਹਰ ਤਰਸਰਾ ਬਾੜ ਕੇ ਉੱਤਰਦਾ ਹੀ ਲੈ ਕੇ ਇਹਨੂੰ ਕਹਿੰਦਾ ਰਿਪੋਰਟ ਕਹਿੰਦਾ ਹਾਂ ਕੀ ਹੈ ਰਿਪੋਰਟ ਲਿਆਂਦਾ ਤੇ ਕਿਤੇ ਸਾਰਿਆਂ ਦਾ ਦੱਸਿਆ ਤੇ ਆਪਣੇ ਸਹੁਰੇ ਦਾ ਦੱਸਿਆ ਨੀ ਉਹਦੇ ਹੱਥੀ ਪੈ ਗਿਆ ਰਿਪੋਰਟ ਲੱਕੜੀ ਦਾ ਕੰਮ ਹੱਥ ਲੈਂਦਾ ਤੂੰ ਰੰਦਾ ਲਾ ਰਿਹਾ ਤੇ ਉਹਦਾ ਸਿਸਟਮ ਉਧਰੋਂ ਖਰਾਬ ਹੋ ਗਿਆ ਉਦੋਂ ਰੰਦਾ ਲਾਈ ਜਾ ਰਿਹਾ ਲਾਈ ਜਾ ਰਿਹਾ 2 ਦਿਨ ਬਾਅਦ ਆਇਆ ਉਹ ਜ਼ਮੀਨ ਦੇ 20 ਫੁੱਟ ਥੱਲੇ ਗਿਆ ਥੱਲੇ ਵੀ ਉੱਥੇ ਹੀ ਲੱਗਾ ਇਹਨੇ ਵੀ ਰਿਪੋਰਟ ਰੱਖਿਆ ਸਤਾਰ ਜੀ ਆਪਣੇ ਭਰਾ ਦੇ ਵਿਆਹ ਤੇ ਰਿਪੋਰਟ ਦੀ ਮਿਲਣੀ ਗਰਾਊਂਡ ਆ ਹੁਣ ਉਧਰੋਂ ਤਾਇਆ ਸੀ ਇਧਰੋਂ ਰਿਪੋਰਟ ਸੀ ਲੋਹਾ ਹੱਥ ਲੋ ਜਾ ਸੁਝਾਂ ਕਰਕੇ ਸਾਫ਼ ਆ ਰਿਹਾ ਕਿ ਟੋਇਆ ਪਾਤਾ ਰਿਪੋਰਟ ਉਹਨਾਂ ਤੋਂ ਮਰ ਗਏ ਉਹ ਚੱਕਰ ਆਉਣੇ ਰੂਪ ਚਿਹਰੇ ਨੂੰ ਸਾਜੀ ਇਹਨੇ ਰਿਮੋਟ ਨੂੰ ਇੰਨਾ ਵਾਇਆ ਉਹਨੂੰ ਬੋਤਲ ਲੱਗੀ ਰਿਮੋਟ ਨੂੰ ਅੱਛਾ ਇਹ ਰਿਪੋਰਟ ਨੂੰ ਯੂਜ਼ ਵਾਲਾ ਕਿੱਦਾਂ ਕਰਦਾ ਸੀ ਵਿਆਹਾਂ ਤੇ ਲੈ ਜਾਂਦਾ ਸੀ ਰੋਟੀ ਵਾਲੇ ਤੇ ਉਹਨੂੰ ਉਹਦੇ ਅੰਦਰ ਦੱਸ ਦਿੰਦਾ ਸੀ ਉਹ 7-8 ਬੰਦਿਆਂ ਦੀ ਰੋਟੀ ਅੰਦਰ ਸਿੱਟ ਰਹਿੰਦਾ ਸੀ ਘਰ ਜਾ ਕੇ ਆਰਾਮ ਨਾਲ ਉਹਦਾ ਢਿੱਡ ਖੋਲ ਕੇ ਖਾਲੀ ਕਰ ਦਿੰਦਾ ਉਹਨੂੰ ਇਸੇ ਕੰਮੇ ਲਾਇਆ ਉਹ ਵਿਆਹਾਂ ਤੇ ਜਾ ਕੇ ਫਿਰ ਉਹ ਲੰਗਰ ਕਰ ਰਿਹਾ ਤੇ ਲੰਗਰ ਸਟੋਰ ਕਰ ਰਿਹਾ ਤੇ ਉਹਨੇ ਬਾਹਾਂ ਚ ਵੀ ਭਰਿਆ ਚੌਲ ਇੰਜ ਕਰਕੇ ਲੈ ਕੇ ਆ ਰਹੇ ਵੀ ਇੰਜ ਕਿਤੇ ਡੁੱਲ ਲੈਣੇ ਨਾਨਾ ਝਮੋਰੀਆਂ ਕਰਕੇ ਬਾਹਾਂ ਚ ਉਹਨੂੰ ਸਮਝ ਨਾ ਲੱਗੇ ਉਹਨੇ ਚਿਕਨ ਵਾਲੀ ਪਰਾਤ ਲਿਆ ਕੇ ਲਾੜੇ ਦੱਸਾਂ ਕੇ ਪਿਓ ਦੇ ਉੱਤੇ ਤਾਰ ਗੰਦ ਲੱਗ ਗਏ ਉੱਪਰ ਵਾਜਿਆਂ ਵਾਲੀ ਦੁਕਾਨ ਤੇ ਪਾਇਆ ਉਹਨੇ ਫੂਕ ਮਾਰੀ ਕਲਾਉਣ ਦੀਆਂ ਚਾਬੀਆਂ ਕੱਢ ਦਿੱਤੀਆਂ ਇਹ ਵੀ ਕੋਈ ਗਲਤ ਰਿਪੋਰਟ ਲਾਇਆ ਉਹਦੇ ਨੇ ਕੋਈ ਤਾਰ ਗਲਤ ਲੱਗ ਗਈ ਆ ਤੇ ਵੇਟਰ ਲੱਗ ਗਿਆ ਇਹ 5 ਮਿੰਟਾਂ ਬਾਅਦ ਸਾਰਾ ਟੇਬਲ ਇਕੱਠੇ ਕਰਨ ਲੱਗ ਗਿਆ ਜੇ ਘਰ ਰੋਟੀ ਵਾਲੇ ਕਿਸੇ ਨੇ ਵੀ ਨਹੀਂ ਖਾਧੀ ਉਹਦੇ ਤਾਰ ਸੀ ਘਰ ਰਿਪੋਰਟ ਲਿਆ ਕੇ ਤੇ ਬੱਗੀ ਦੇ ਅੱਗੇ ਉਹਨੂੰ ਕਹਿੰਦਾ ਬੱਗੀ ਚਲਾਉਣੀ ਤੇ ਉਹ ਕਿਤੇ ਟਾਂਗੇ ਵੀ ਚੁੱਕ ਕੇ ਦੌੜਨ ਡਿਆ ਰਿਪੋਰਟ ਲਿਆ ਕੇ 3 ਰਿਪੋਰਟ ਨੇ ਆਪ ਨਾਲ ਉਹਨਾਂ ਵਿੱਚ ਤਾਸ਼ ਖੇਡਣ ਦਿਆ
ਉਸਤਾਦੀ ਨੇ ਆਪਣੇ ਰਿਮੋਟ ਨੂੰ ਇੰਨੀ ਦੂਰ ਭੇਜਤਾ, ਬਾਅਦ ਚ ਉਹਦੇ ਸਿਗਨਲ ਨਹੀਂ ਆਉਂਦੇ, ਆਪ ਥੋੜਾ ਜਿਹਾ ਉਹਦੇ ਹੱਲ ਜਾਣ ਜਿਵੇਂ ਡਰਾਉਣ ਨਾਲ ਜਾਈਦਾ ਯਾਰ। ਮਾੜਾ ਗਰੀਬ ਬੰਦਾ ਵਾ, ਰਿਮੋਟ ਨੂੰ ਕਹਿਣਾ ਮਿੱਠਾ ਚੈੱਕ ਕਰਨਾ ਭਾਜੀ, ਉਹਨੂੰ ਵਿਚਾਰੇ ਨੂੰ ਕੀ ਪਤਾ ਯਾਰ। ਭਾਜੀ ਏਡਾ ਠੱਕਿਆ ਰਿਮੋਟ ਲਿਆ, ਉੱਤੇ ਲੋਕਾਂ ਨੇ ਪਾਣ ਦੇ ਤੁੱਕ ਤੁੱਕੇ ਬੁਰੇ ਹਾਲ ਚ ਆਪਾਂ। ਅੱਛਾ ਰਿਬੋਟ ਲੈ ਆਇਆ ਤੇ ਰਿਬੋਟ ਨੂੰ ਪੂਰੇ ਮਹੱਲੇ ਦੇ ਵਿੱਚ ਨਾ ਹਰ ਮਹੀਨੇ 20-20 ਰੁਪਏ ਲੈ ਕੇ ਤੇ ਉਹ ਬਿੱਲ ਤਾਰਨ ਜਾ ਰਿਹਾ ਸਾਰਿਆਂ ਦੇ। ਪਤਾ ਤੁਹਾਨੂੰ ਮਹੱਲਿਆਂ ਦੇ ਵਿੱਚ ਇੱਕ ਬੰਦਾ ਹੁੰਦਾ 20 ਰੁਪਏ ਲੈ ਕੇ ਬਿੱਲ ਤਾਂ ਸਾਰੀ ਗਲੀ ਦਾ ਉਹਨੇ ਬਿੱਲ ਇਕੱਠੇ ਕਰਨੇ ਆ, ਉਸ ਤੋਂ ਬਾਅਦ ਉਹਨੇ ਇਕੱਲੇ ਨੇ ਜਾ ਕੇ ਤਾਰ ਆਉਣੇ, ਉਹਦੇ ਕੋਲ 500-700 ਰੁਪਏ ਦੀ ਦਿਹਾੜੀ ਲੱਗ ਜਾਂਦਾ। ਜਿਹਨੂੰ ਬਿੱਲ ਦਿੱਤੇ ਤੇ ਉਹ ਲੈ ਕੇ ਕਿਤੇ ਹੋਰ ਨਿਕਲ ਗਏ, 8 ਮਹੀਨੇ ਕਿਸ਼ਤਾਂ ਦੇ ਲੋਕਾਂ ਦੇ ਪੈਸੇ ਲਾਉਂਦਾ। ਖਰਾਬ ਰਿਮੋਟ ਲੈ ਸਾਰੀ ਦਿਹਾੜੀ ਦਜਾਈ ਲੱਗ ਸੁੱਤਾ, ਉਹ ਚਾਇਨਾ ਦਾ ਰਿਮੋਟ ਲੈ 3500 ਵਾਲਾ ਜੀ। ਉਹ ਰਾਤ ਨੂੰ ਇਹ ਵੀ ਕਹਿ ਰਿਹਾ ਮੇਰੀ ਲੱਤ ਘੁੱਟ ਥੋੜੀ, ਮਿੱਠਾ ਮਿੱਠਾ ਰਿਮੋਟ ਦੀਆਂ ਪਿੰਨੀਆਂ ਘੁੱਟ ਰਹੇ। ਰਿਮੋਟ ਨੂੰ ਇੰਨਾ ਵਾਂਦਾ ਸੀ ਉਹ ਬਾਹਰ ਬੈਠਾ ਮਾਲਿਸ਼ ਕਰਨ ਦਿਆ, ਦਰਵਾਜ਼ਾ ਖੋਲਣ ਲਈ ਰਿਮੋਟ ਲਾਇਆ, ਉਹ ਰਾਤ ਨੂੰ ਵੀ ਖੋਲ ਦਿੰਦਾ ਸੀ ਚੋਰ ਵੜ ਜਾਂਦੇ। ਏਡਾ ਜਿਲਾ ਔਰ ਹੱਡ ਹਰਾਮ ਰਿਮੋਟ ਲਾਇਆ, ਇਹ ਕੋਈ ਵੀ ਕੰਮ ਕਹਿੰਦਾ ਅੱਗੋਂ ਭਾਲਾ ਪਾਉਂਦਾ ਸੀ, ਭਾਜੀ ਦੁਕਾਨ ਬੰਦ ਹੋਣੀ ਆ। ਨਹੀਂ ਭਾਜੀ ਉਹ ਅੱਜ ਆਇਆ ਹੀ ਨੀ ਹੋਣਾ, ਤੁਸੀਂ ਜਿਹੜੀ ਮਰਜ਼ੀ ਗੱਲ ਕਰੀ, ਤੁਸੀਂ ਜੋ ਮਰਜ਼ੀ ਕਰੀ, ਤੁਸੀਂ ਭਾਵੇਂ ਦੁਨੀਆ ਜਾਣਦੀ ਹੋਰ ਪਤਾ ਚੱਲ ਜਾਓ ਇਹਨੇ ਉਹਦੇ ਕਰਨ ਬਸ ਇਹਨੇ ਰਿਪੋਰਟ ਲੈਣ ਦਾ। ਮੱਝਾਂ ਰੱਖਿਆ ਸੀ ਸਾਰੀਆਂ ਨੇ, ਉਹ ਚੋਣ ਲਈ ਰਿਪੋਰਟ ਲਿਆ, ਉਹ ਚੋ ਚੋ ਕੇ ਉਹਨਾਂ ਦੇ ਲੱਕ ਤੋੜੀ ਜਾ ਰਿਹਾ। ਵੱਡੀ ਤੇ ਰਿਪੋਰਟ ਨਾਲ ਲੈ ਗਿਆ ਲੇਲਾ, ਲੈ ਰਿਪੋਰਟ ਨੇ ਅੱਜ ਹੱਥ ਮਾਰ ਕੇ ਲੇਲਾ ਚੱਕੀ ਤਾਂ ਲੈ ਲੈਂਦਾ ਲੇਲਾ ਥੱਲੇ ਭਾਰਤ ਗੁੱਡੀ ਗੁੱਡੀ ਦਾ ਨੀ ਤਾਤੀ ਲਾ ਟੁੱਟਦਾ ਪਿੱਛੋਂ ਉਹਦੇ ਫੋਲ ਜਿਹਾ ਕਰਦਾ ਤੇਲਾ। ਤਾਜੀ ਆਪਣੇ ਰਿਮੋਟ ਨਾਲ ਈਦ ਮਿਲਣ ਲੱਗਾ, ਉਹਨੇ ਭਾਈ 2 ਟੋਟੇ ਤੋੜੇ ਤੋੜਤੀ। ਲੋਕਾਂ ਨੂੰ ਗੱਲ ਸੁਣਾਉਂਦੇ ਕਹਿੰਦਾ ਕਲਿੱਪ ਵਾਲਾ ਵਾ। ਨਹੀਂ ਸਾਹ ਜੀ ਏਦਾਂ ਵੀ ਹੋ ਸਕਦਾ ਕਿ ਬੰਦੇ ਕੋਲ ਪੈਸੇ ਥੋੜੇ ਗੋਦਾਮ ਚ ਬਣ ਕੇ ਯਾਰ ਇਹਦੀ ਇੱਕ ਅੱਖ ਦਾ ਥੋੜਾ ਜਿਹਾ ਰੌਲਾ ਵਾ, ਇਹਦੀ ਇੱਕ ਬਾਂਹ ਨੀ ਹੈਗੀ, ਲੈ ਜਾ ਚੱਲਦੇ 650 ਦੇ ਇਸ ਟੈਪ ਦੇ ਰਿਮੋਟ ਲਿਆ। ਡੈਮੇਜ ਮਾਲ ਹੁੰਦਾ ਸਰ, ਡੈਮੇਜ ਮਾਲ ਆ, ਫ੍ਰੈਸ਼ ਮਾਲ ਨਹੀਂ, ਅਗਰ ਡੈਮੇਜ ਮਾਲ ਨਿਕਲ ਜਾਂਦਾ ਹੁੰਦਾ। ਆਹ ਇਹਨੇ ਇੰਨਾ ਪਾਣੀ ਪਾਇਆ ਉਹਦੇ ਪੁਰਜ਼ਿਆਂ ਨੂੰ ਜੰਗ ਪੈ ਗਿਆ, ਉਹ ਇੱਕ ਜਗ੍ਹਾ ਤੇ ਬੈਠਾ ਜੰਗਲ ਚ। ਸਾਹ ਜੀ ਬਹਿਸ ਬੂਸ ਕਰਕੇ ਕੋਈ 10-15 ਹਜ਼ਾਰ ਘਟਾ ਕੇ ਰਿਪੋਰਟ ਲਿਆ ਗਿਆ, ਜੋ ਘਰ ਦੇਖੇ ਉਹਨੇ ਇੱਧਰ ਚਾਦਰ ਪੱਜੀ ਆਹ ਸਾਈਡ ਪੋਲੀ ਹੋਇਆ, ਰਿਪੋਰਟ ਇੱਧਰ ਕੰਮ ਕਰਦੇ ਬਸ, ਕਹਿੰਦਾ ਮੈਂ ਠਾਕਰ ਰਿਪੋਰਟ ਲਿਆ। ਰਿਪੋਰਟ ਸਾਹ ਜੀ ਲਿਆਇਆ ਤੇ ਕਿਤੇ ਉਹਦਾ ਰਿਮੋਟ ਗਵਾਚ ਗਿਆ ਤੇ ਤਾਰਾਂ ਬਾਹਰ ਕੱਢ ਕੇ ਡਾਇਰੈਕਟ ਕਰਕੇ ਉੱਤੇ ਛਾਪਰ ਲਏ। ਉਹਦੇ ਵਿੱਚ ਆਇਲ ਸੀ ਤੇ ਆਇਲ ਡੁੱਲ ਗਿਆ ਤੇ ਉਹਨੂੰ ਕਹਿਣ ਦੇ ਇਹਨੂੰ ਮੋਸ਼ਨ ਲੱਗੇ। ਕਾਜੀ ਇੰਨਾ ਰਿਮੋਟ ਲਿਆ ਉਹ ਜਾਂਦਾ ਕੰਧਾਂ ਚ ਵੱਜਦਾ ਜਾ ਯਾਰ। ਇੱਕ ਲੱਤ ਵਾਲਾ ਰਿਮੋਟ ਲਿਆ ਤੇ ਉਹਦੀ ਦੂਜੀ ਬਲਾਰਗੰਜ ਚ ਲੱਭਣ ਦਿਆ। ਰਿਮੋਟ ਲਿਆ ਗੱਲਾਂ ਚੋਂ ਨੱਟ ਕੱਢ ਕੇ ਕਹਿੰਦਾ ਡਿੰਪਲ ਪੈਂਦੇ। ਰਿਪੋਰਟ ਲਿਆ ਇੱਕ ਵਿਆਹ ਤੇ ਵੱਡੇ ਸਪੀਕਰ ਲੱਗੇ, ਰਿਪੋਰਟ ਉਹਨਾਂ ਨਾਲ ਲੱਗ ਗਿਆ। ਮੈਂ ਕਿਹਾ ਰਿਪੋਰਟ ਕਿੱਥੇ ਯਾਰ, ਕੱਲ ਦਾ ਕਹਿੰਦਾ ਉਹ ਚ ਗੱਡੀ ਵੱਜੀ ਉਹ ਵਿੰਗਾ ਹੋਇਆ ਉਹਨਾਂ ਨੂੰ ਬੁਖਾਰ ਚੜਿਆ। ਸਸਤਾ ਜਿਹਾ ਰਿਮੋਟ ਰਿਪੋਰਟ ਲਿਆਇਆ ਉਹਦੇ ਕੋਲ 2-3 ਹੀ ਕੰਮ ਕਰਾਏ ਉਹ ਲਾਲ ਹੋ ਗਏ। ਇਹਨੇ ਭਾਈ ਰਿਪੋਰਟ ਨੂੰ ਇੰਨਾ ਭੁੱਖਾ ਰੱਖਿਆ ਉਹਨੂੰ ਲੋਹੇ ਦਾ ਸੀਗਾ, ਗਲੀ ਚੋਂ ਫੇਰੀ ਵਾਲਾ ਨੰਗਲ ਲੰਘਾ ਉਹਦੇ ਕੋਲ ਖੋਤਾ, ਲੋਹਾ ਚੁੱਕ ਚੁੱਕ ਖਾਈ ਜਾਂਦਾ ਉਹਦੇ 3 ਡੱਬੇ ਸਹੀ ਡੱਬਾ ਖਾ ਗਿਆ ਤੇ ਉੱਤੋਂ ਹਲਕਾ ਜਿਹਾ ਪਾਣੀ ਵੀ ਪੀ ਗਿਆ। ਇਹਨੇ 20 ਰੁਪਏ ਦੇ ਕੇ ਕਹਿੰਦਾ ਸ਼ੱਕਰ ਗੰਦੀ ਲਿਆ ਤੇ ਪੂਰਾ ਟੋਕਰਾ ਸਿਰ ਤੇ ਲਾਈ। ਉਹ ਭਾਈ ਮਗਰ ਮਗਰ ਕਹਿੰਦਾ ਹੋਇਆ ਭਾਈ ਪਾਗਲ, ਉਹ ਕਹਿੰਦਾ ਤੈਨੂੰ ਕਿਹਨੇ ਕਿਹਾ ਭਾਈ ਆ। ਯਾਰ ਇਹ ਬਦਤਮੀਜ਼ ਰਿਮੋਟ ਲਿਆਇਆ ਲੱਭ ਕੇ ਲੱਭ ਕੇ।
रिपोर्ट भी चूहा खेल ताश से बैठा खार बाजवा जी पैसे हार गए जी पूरा गल रिमोट लाया उन्हें सारे पुरजे इधर उधर किए रिपोर्ट लिया के मंगन आले पासे पाया वो कह डे घोड़े लै घोड़े लाए हाजी साहब रात देख मैं रिपोर्ट नु खिलार के चपेड़ा वाला कटने इन्हें माही होने इस किस्म की ठंडा सूआ नहीं हुंदा जवाड़ता उन्हें कहा चल यार फ्री रिपोर्ट नूं गाना सुनाउंदा कहिंदा मेरा गाना सुत्ते रिपोर्ट को सुता चुप करके खान साहब रिपोर्ट लै एक सर्दियों च रजाई चो ही नहीं निकल रहा वो कहता गर्मियों मेरे को डबल काम करा ली सर्दियों यार खान साहब रिपोर्ट लै एक ब्याह ते बाजा वजने ते रिपोर्ट सामने करन डिया उन्होंने 500 रुपया देता कहना आटा लाया वो 300 का आटा 200 के कोले लाया ना खान साहब रिपोर्ट लाया से जो कवाला ने जान लगे ताड़ी से जो ताड़ी मासे चिंगाड़े निकले सी दावा दावा चिंगा ओनु तबला ओनु ढोलक सिखा रहे ओनु ऐज करके मारे विचों दी हाथ पा के ढोलक दी कीती ताजी इधर रिपोर्ट नु गली च छितर पैंदे मैं कहा की होया वो कहंदे छाती मारन दे छातियां मारता ਢਾੜੀ ਰਿਪੋਰਟ ਲੈ ਆਇਆ ਤੇ ਉਹਨੂੰ ਵੇਲਾਂ ਫੜਨ ਤੇ ਲਾਤਾ ਉਹ ਸ਼ਾਮ ਨੂੰ ਥੈਲਾ ਦੇ ਕੇ ਉਹਦੇ 'ਚ ਬੰਦਿਆਂ ਦੇ ਹੱਥ ਵੀ ਸੀ ਲਾੜੇ ਦੀ ਧੌਣ ਵੀ ਵਿੱਚ ਪਈ ਬਜ਼ੁਰਗ ਜਿਹਾ ਰਿਪੋਰਟ ਲਾਇਆ ਤੇ ਉਹ ਰਾਤ ਨੂੰ ਹੁੱਕਾ ਲੱਭਦਾ ਫਿਰ ਘਰ ਦੇ ਬਾਹਰ ਬੈਠਾ ਤਾਈ ਉਹ ਖੰਘ ਤਾਂ ਜਾਣਦੇ ਅੱਛਾ ਰਿਪੋਰਟ ਲੈ ਕੇ ਇੱਕ ਬਾਬੇ ਕੋਲ ਫਿਰਨ ਡਿਆ ਉਹਨੂੰ ਕਹਿਣ ਡਿਆ ਬਾਬਾ ਜੀ ਇਹਨੂੰ ਝਟਕੇ ਲੱਗਦੇ ਰਹੋ ਹਕੀਮ ਕੋਲ ਲੈ ਕੇ ਬੈਠਾ ਕਹਿੰਦਾ ਜੀ ਇਹਨੂੰ ਕੇਰਾ ਆ ਰਿਹਾ ਢਾੜੀ ਰਿਪੋਰਟ ਲਾਇਆ ਤੇ ਉਹਨੂੰ ਕਹਿਣਾ ਜਾ ਤੂੰ ਚੀਨੀ ਲਿਆ ਦੋ ਕਹਿਣਾ ਭਾਜੀ ਮੰਡ ਟਾਈਮ ਤੇ ਚੱਕ ਠੰਡ ਦੇ ਵਿੱਚ ਰਿਪੋਰਟ ਨੂੰ ਕਹਿੰਦਾ ਪੀਜ਼ਾ ਲੈ ਕੇ ਆਇਆ ਰਿਪੋਰਟ ਥੋੜਾ ਸੈਰ ਤੇ ਕਹਿੰਦਾ 1.5 ਕਿਲੋ ਕੇ ਫੂਡ ਪਾਂਡਾ ਨੂੰ ਪਾਲ ਕੇ ਫੂਡ ਪਾਂਡਾ ਨੂੰ ਆਰਡਰ ਕਰ ਰਿਹਾ ਮੈਂ ਤਾਂ ਨਹੀਂ ਜਾਣਾ ਭਾਈ ਸਾਥੀ ਇਹ ਰਿਪੋਰਟ ਸੀ ਮਸਤ ਟੈਪ ਜਿਹਾ ਗੁਆਚ ਗੂਚ ਜਾਂਦਾ ਸੀ ਤੇ ਉਹਦੇ ਤੇ ਡਰੈਸ ਲਿਖ ਕੇ ਪਾਇਆ ਇਹ ਰਿਪੋਰਟ ਇਸ ਜਗ੍ਹਾ ਪਰ ਪਹੁੰਚਾ ਦੇ ਇਹਦੇ ਰਿਪੋਰਟ ਦਾ ਐਕਸੀਡੈਂਟ ਹੋ ਗਿਆ ਇੱਕ ਬੰਦੇ ਨੇ ਅੱਗ ਨੂੰ ਪੁੱਛਿਆ ਭਾਜੀ ਸੱਟ ਤੇ ਨਹੀਂ ਲੱਗੀ ਕਹਿੰਦਾ ਨਹੀਂ ਯਾਰ ਕਾਬਲਿਟ ਲਿਓਗੇ ਮਤਲਬ ਸਸਤਾ ਜਿਹਾ ਰਿਪੋਰਟ ਲਾਇਆ ਵਾਰਾ ਜਿਹਾ ਬਹੁਤ ਵਾਰਾ ਜਿਹਾ ਰੋਜ਼ ਰਾਤ ਨੂੰ 4 ਘੰਟੇ ਲਾ ਕੇ ਉਹਨੂੰ ਕਦੀ ਬਾਵੇ ਨੇ ਗੇਮਾਂ 'ਚ ਫੜ ਕੇ ਲਿਆ ਰਿਹਾ ਕਦੀ ਉਹਨੂੰ ਬਿਲੀਅਰ ਤੋਂ ਲਿਆ ਰਿਹਾ ਕਦੀ ਉਹਦੇ ਪੈਸੇ ਦੇ ਰਿਹਾ ਇੱਕ ਸਨੋਕਰ ਦੇ ਕਹਿੰਦਾ ਸੀ ਨਹੀਂ ਜਾਣ ਦੇਣਾ ਭਾਈ ਪਹਿਲੇ 450 ਦੇ ਦਾ ਭਾਈ ਰਿਪੋਰਟ ਲਾਇਆ ਉਹਦੇ ਨਾਲ ਇੰਨਾ ਜ਼ਿਆਦਾ ਪਿਆਰ ਪੈ ਗਿਆ ਹਾਰੀ ਤੇ ਕੁਝ ਡਰੈਸਿੰਗ ਕਰਦੇ ਸੀ ਇਹ ਤੇ ਰਿਪੋਰਟ ਹਾਂਜੀ ਧਾਰੀ ਰਿਪੋਰਟ ਲਾਇਆ ਉਹ ਮੇਲਿਆਂ ਤੇ ਨਿਕਲਿਆ ਲੱਭਣ ਹੀ ਨਹੀਂ ਦਿਆ ਅੱਛਾ ਏਡਾ ਮਾੜਾ ਰਿਪੋਰਟ ਲਿਆਉਂਦਾ ਕਿ ਫੰਕਸ਼ਨ ਖਰਾਬ ਹੋ ਗਿਆ ਰਿਪੋਰਟ ਬਹੁ ਬਹੁ ਕਰਾ ਯਾਰ ਇਹਦੇ ਇਹਦਾ ਰਿਪੋਰਟ ਸੀ ਤੇ ਪਾਣ ਵਾਲੇ ਨੂੰ ਜਾ ਕਹਿੰਦਾ ਯਾਰ ਇੱਕ ਨਾ ਮੇਰਾ ਪਾਣ ਲਾ ਦੀ ਇੱਕ ਰਿਪੋਰਟ ਦਾ ਲਾ ਯਾਰ ਇਹਦੀ ਗਲੀ 'ਚ ਸਾਰੀ ਬਾਂਦਰ ਵਾਲਾ ਆਇਆ ਅੱਗੇ ਰਿਪੋਰਟ ਪੈ ਗਿਆ ਉਹਨੇ ਹਲਕਾ ਜਿਹਾ ਕਿਹਾ ਲੜੇਗਾ ਕਹਿੰਦਾ ਹਾਂ ਲੜਾਂਗਾ ਉਹਨੇ ਬਾਂਦਰ ਮਾਰਤਾ ਉਹਨੂੰ ਇਹਦੇ 'ਚ ਪਤਾ ਰਿਪੋਰਟ ਆ
ਤਾਜੀ ਰਿਮੋਟ ਉਸਤਾਦ ਜੀ ਲੈ ਆਏ ਘਰ ਕੋਈ ਗੱਲ ਕਰਦੇ ਹੁੰਦੇ ਸੀ ਉਹ ਪਿੱਛੋਂ ਕਰਨ ਲੱਗ ਪੈਂਦਾ ਨਹੀਂ ਸਾਜੀ ਹੋ ਸਕਦਾ ਵੇਲੋ ਉਹਨਾਂ ਨੇ ਫਿਲਮਾਂ ਬਣਾ ਤੀਆਂ ਪੂਰੀਆਂ ਰਿਬੋਟਾਂ ਵਾਲੀਆਂ ਇਨਸਾਨ ਤੇ ਰਿਬੋਟ ਇਕੱਠਿਆਂ ਵਾਲੀਆਂ ਫਿਲਮਾਂ ਬਣਾ ਤੀਆਂ ਉਹ ਉਸਤਾਦ ਜੀ ਇਨਸਾਨ ਵਾਲਾ ਕੰਮ ਦਿਮਾਗ ਰਿਬੋਟ ਕੋਲ ਤੁਸੀਂ ਲੈ ਸਕਦੇ ਯਾਰ ਵੱਡੀ ਗੱਲ ਇਹਦੇ ਘਰ ਸਾਜੀ ਰਿਬੋਟ ਆਇਆ ਤੇ ਢਾਡੀ ਤੇ ਘਰ ਪਰਾਹੁਣੇ ਆਏ ਤੇ ਰਿਬੋਟ ਕਹਿਣੇ ਖੈਰ ਖੈਰ ਉਹ 50 ਰੁਪਏ ਘਰ ਚੁੱਕ ਕੇ ਰਿਬੋਟ ਨੂੰ ਕਹਿੰਦੇ ਵਸੂ ਕਰਕੇ ਆ ਤੇਰਾ ਕੰਮ ਆ ਅੱਛਾ ਕੰਮ ਚ ਰਿਬੋਟ ਲੈਂਦਾ ਸਾਰੀ ਦਿਹਾੜੀ ਦੀ ਸੱਸ ਨਾਲ ਲੁੱਡੋ ਖੇਡਦੇ ਉਹਨੂੰ ਕਹਿਣਾ 6 ਘੜ ਮਰ ਗਈ ਅੱਛਾ ਰਿਬੋਟ ਦੀ ਤੂੰ ਤਾਰ ਵੀ ਨਿਕਲੀ ਉਹ ਆਪੇ ਹੀ ਕਿਤੇ ਸੋਚ ਚਲਾ ਕੇ ਐਂ ਕਰਕੇ ਖਲੋ ਜਾਂਦਾ ਕਿ ਮੈਂ ਚਾਰਜ ਆਪੇ ਚਾਰਜ ਹੋ ਰਿਹਾ ਰਿਬੋਟ ਲਿਆਂਦਾ ਉਹਦੇ ਨਾਲ ਮੁੱਕਾ ਰੱਖ ਲਿਆ ਬਾਜ਼ਾਰ ਚ ਉਹਨੇ ਦੇਖਿਆ ਕਿ ਇਹ ਆਪਣੇ ਧਿਆਨ ਖੜਾ ਇਸ ਕਿਸਮ ਦਾ ਉਹਨੇ ਪਿੱਛੇ ਪੇਲਿਆ ਮੁੱਕਾ ਇੱਥੋਂ ਦੀ ਬਾਹਰ ਕੱਢਦਾ ਇੰਜ ਕਰਕੇ ਉਹਨੇ ਤਾਂ ਕਰਦਾ ਮਿੱਟੇ ਨੂੰ ਉਹਨੇ ਕਹਿੰਦਾ ਤੇਨੂੰ ਦੋ ਹੱਥ ਮਾਰੇ ਨੇ ਇੰਜ ਕੀਤਾ ਤੇ ਚੁੱਕ ਚੁੱਕ ਕਰ ਤਾਇਆ ਅੱਗੋਂ ਇੰਜ ਟੈਪ ਹੀ ਹੋ ਗਏ ਸਤਾਜੀ ਗਲੀ ਚ ਕੁਛ ਕੰਮ ਕਰਨ ਡਿਆ ਸੀ ਨਾ ਰਿਬੋਟ ਨੂੰ ਕਿਹਾ ਇੱਧਰ ਕੋਈ ਸ਼ੈ ਫੜਾ ਰਿਬੋਟ ਹਰ ਸ਼ੈ ਫਰਿੱਜ ਵੀ ਚੁੱਕੀ ਬੈੱਡ ਵੀ ਚੁੱਕਿਆ ਤਾਜੀ ਘਰ ਦੀ ਰਿਮੋਟ ਲੈ ਉਹਨੂੰ ਇੱਕ ਦੁਕਾਨ ਚੋਂ ਹਵਾ ਪਈ ਉਹਨੇ ਭੱਜ ਕੇ ਭੱਜ ਪਿਆ ਇਹਨੇ ਰਿਬੋਟ ਨੂੰ ਫੋਨ ਕਰਕੇ ਗਿਆ ਸਿੱਧਾ ਘਰ ਆਈ ਆ ਤੇ ਉਹ ਬੂਹਾ ਪਾੜ ਕੇ ਸਿੱਧਾ ਕਮਰੇ ਉੱਤੇ ਖਲੋਤਾ ਕਹਿੰਦਾ ਹਾਂਜੀ ਭਾਜੀ ਸਬਜ਼ੀਆਂ ਕੱਟਣ ਲਈ ਰਿਬੋਟ ਲਿਆਇਆ ਭਾਈ ਸੁਬਾਹ ਛੱਡ ਗਿਆ ਕਿ ਸ਼ਾਮ ਨੂੰ ਆਇਆ ਉਹਨੂੰ ਸਾਰੇ ਘਰ ਦੇ ਵੱਡੇ ਤੇ ਉਹਨੂੰ ਵੱਢ ਕੇ ਕਹਿੰਦੇ ਤੂੰ ਤੇ ਮੈਂ ਹੀ ਰਹਿ ਗਏ ਇਹਨੇ ਕਰ ਰਿਬੋਟ ਲਿਆਂਦਾ ਤਾਇਆ ਫੌਤ ਹੋ ਗਿਆ ਕਹਿੰਦਾ ਉਹਦੀ ਕਬਰ ਕੱਢਿਆ ਉਹਨੇ ਇੰਨੀ ਡੂੰਘੀ ਕੱਢੀ ਥੱਲੋਂ ਪਾਣੀ ਨਿਕਲ ਕਹਿੰਦਾ ਚਲੋ ਇੱਥੇ ਪੰਪ ਲੈ ਲੈਣਾ ਤਾਇਆ ਕਿਤੇ ਹੋਰ ਦਬਾ ਦਿੰਦੇ ਭਾਜੀ ਇਹਨੇ ਵੀ ਮੈਨੂੰ ਦੱਬਣ ਜਾਣਾ ਤੇ ਉਹਨੇ ਜ਼ਮੀਨ ਤੇ ਰੱਖ ਮੁੱਕੇ ਮਾਰ ਮਾਰ ਕੇ ਥੱਲੇ ਟੋਕਦਾ ਉਹਨੂੰ ਰਿਬੋਟ ਲੈ ਆਇਆ ਉਧਰੋਂ ਤਾਇਆ ਬਹੁਤ ਹੋ ਗਿਆ ਤੇ ਉਹਨੂੰ ਚੰਡਾ ਮਾਰ ਮਾਰ ਕੇ ਕਹਿੰਦੇ ਰੋਂਦਾ ਨੀ ਤੂੰ ਯਾਰ ਇਹਨੇ ਰਿਬੋਟ ਲੈ ਕੇ ਪਿੰਨੀ ਦੇ ਨਾਲ USP ਵਾਲੇ ਜੈਕ ਵੀ ਬਣੇ ਸੀਗੇ ਸਿਸਟਮ ਚੇਂਜ ਕਰ ਲਓ ਯਾਰ ਇਹਦੇ ਰਿਬੋਟ ਸਰ ਜੀ ਬਿੱਲ ਤਾਰਨ ਭੇਜਿਆ ਉਹ ਬਿੱਲ ਤਾਰ ਕੇ ਨਾਲ ਕੈਸ਼ੀਅਰ ਦੀ ਬਾਂਹ ਵੀ ਖਿੱਚ ਲਿਆ ਇਹਦਾ ਰਿਮੋਟ ਕਿਤੇ ਘਰੋਂ ਚਲਾ ਗਿਆ ਨਾਈ ਦੀ ਦੁਕਾਨ ਚ ਕਿਹਾ ਉਹ ਸ਼ੀਸ਼ੇ ਕੇ ਖਲੋਤਾ ਆ ਛੋਟੀ ਕੈਂਚੀ ਬਣ ਕੇ ਲੱਗਾ ਕਹਿੰਦਾ ਕੀ ਹੋਇਆ ਕਹਿੰਦਾ ਯਾਰ ਬਰੀਕ ਬਰੀਕ ਤਾਰਾਂ ਬਾਹਰ ਆ ਗਈ ਤਾਰਾ ਇਹਨੇ ਵੀ ਭਾਈ ਆਪਣੇ ਰਿਬੋਟ ਨੂੰ ਕਿਹਾ ਕਿ ਦੋਸਤ ਨੂੰ ਭੱਲਿਆ ਨੂੰ ਇਹਨੂੰ ਰਜਾ ਦੇ ਰਿਬੋਟ ਨੂੰ ਤੂੰ ਭਾਈ ਸ਼ਾਮ ਤੱਕ ਰਿਬੋਟ ਖਾਈ ਗਿਆ ਤਾਂ ਢਿੱਡ ਇੱਥੇ ਆ ਗਿਆ ਸਾਡੇ ਹੀ ਨਹੀਂ ਇਹਨੇ ਆਪਣੇ ਰਿਬੋਟ ਨੂੰ ਸਿਗਰਟ ਪਿਆ ਉਹਦੀ ਅੰਦਰੋਂ ਕੁਐਲਾ ਸੜ ਗਈ ਬੁੱਢਾ ਰਿਬੋਟ ਲੈ ਆਇਆ ਉਹਦੇ ਕੋਲੋਂ ਇੰਨੇ ਕੰਮ ਕਰਾਏ ਉਹਨਾਂ ਨੂੰ ਕਹਿੰਦੇ ਆ ਮੇਰੀਆਂ ਚਿੱਟੀਆਂ ਤਾਰਾਂ ਦਾ ਕੁਛ ਹਜ਼ਾਰ ਉਹਨੇ ਰਿਬੋਟ ਦਿੱਤਾ ਕਹਿੰਦਾ ਲਾਹੌਰ ਮੇਰੇ ਮਗਰ ਮੋਟਰਸਾਈਕਲ ਤੇ ਪਹੁੰਚ ਜੀ ਉਹਨੇ ਇੰਨੀ ਮੋਟਰਸਾਈਕਲ ਡਾਗ ਲੈ ਕੇ ਜਾ ਰਿਹਾ ਅੱਛਾ ਰਿਬੋਟ ਖਲੋਤਾ ਤੇ ਜਿਹੜੇ ਮਾਟੇ ਮਾਟੇ ਰਿਬੋਟ ਉਹ ਆਪ ਘਰ ਮਿੱਠੇ ਮੈਂ ਆਵਾਂ ਜਿੱਥੇ ਮੇਰਾ ਰਿਬੋਟ ਕਹਿੰਦਾ ਖਿੱਚ ਕੇ ਜਾ ਤੂੰ ਚੱਲ ਜਾ ਇੱਕ ਰਿਬੋਟ ਲੈ ਕੇ ਆਇਆ ਸਾ ਜੀ ਉੱਥੇ ਚੈੱਕ ਨਹੀਂ ਸੀ ਕਰਕੇ ਲਿਆ ਘਰ ਲਿਆ ਤੇ ਖੁਸਰਾ ਨਿਕਲੋ ਅੰਕ ਕਹਿੰਦੇ ਹਾਂਜੀ ਕੀ ਹਾਲ ਆ ਠੀਕ ਇਹਨੇ ਰਿਬੋਟ ਲਿਆਂਦਾ ਤੇ ਇਹਨੇ ਮਸ਼ੂਕ ਨੂੰ ਕੱਟ ਲੈ ਕੇ ਦਿੱਤਾ ਤੇ ਉਹਨੂੰ ਕਹਿੰਦਾ ਜਾ ਫਲਾਫਲਾ ਕਰਦੇ ਆ ਤੇ ਉਹ ਜਾ ਕੇ ਨਾਲ ਸਕੀ ਪੁੱਪੀ ਦਾ ਕਰ ਜੂ ਤੇ ਹੱਥ ਰੱਖ ਕੇ ਉਹਨੇ 70 ਰੁਪਏ
ਰਿਪੋਰਟ ਲੈ ਕੇ ਆ ਰਿਹਾ ਤੇ ਉਹਨੂੰ ਟੈਂਕੀ ਦੇ ਅੱਗੇ ਪਾਇਆ ਆਪ ਹੀ ਚੁੱਕ ਲਿਆ ਜਿੱਦਾਂ ਬੱਚੇ ਨੀ ਲੈ ਕੇ ਜਦੋਂ ਜੰਪ ਵੱਜਦਾ ਟੈਂਕੀ ਦੇ ਬਾਅਦ ਟਾਂ ਰਿਪੋਰਟ ਤੋਂ ਸਾਰੀ ਦਿਹਾੜੀ ਆਪਣੀ ਰੇੜੀ ਤੋਂ ਵਾਦਾ ਲਵਾਉਂਦੇ ਹਾਜੀ ਮੈਂਗੋ ਜੂਸ ਕਹਿੰਦਾ ਤੇ ਮਿੱਠਾ ਜੂਸ ਲੋਹੇ ਦਾ ਲੋਹੇ ਦਾ ਲੋਹੇ ਦਾ ਇਹਨੇ ਰਿਪੋਰਟ ਨੂੰ ਭਾਈ ਕੰਮ ਤੇ ਲੋ ਤਾਂ ਕਲਿੰਡਰ ਉਹ ਦਿਨੇ ਵਾਜਾ ਲਾਉਣਾ ਚਲੇ ਚਲੇ ਉਹਦਾ ਰਾਲ ਗੋਲਾ ਬਿਠਾ ਕਰਦੇ ਕੱਲਾ ਹੀ ਕੱਲਾ ਹੀ ਰਿਪੋਰਟ ਬਲਾਲਗੰਜ ਫਿਰ ਰਿਹਾ ਦੁਕਾਨਦਾਰ ਦੇ ਆ ਕੇ ਭਾਜੀ ਕੋਣ ਹੀ ਲੱਭ ਜੇ ਆਪਣਾ ਸਵੇਰ ਬਾਰ ਲੱਭ ਆਹੋ ਆਪੇ ਭਾਜੀ ਚੱਕਰ ਉਹਦਾ ਡੇਲਾ ਆਇਆ ਇਹਦੇ ਨਾਲ ਸਾਡੀ ਇਹਦੇ ਰਿਪੋਰਟ ਨੇ ਅੱਖ ਨੂੰ ਕਰਨ ਦੇ ਤੇ ਉਹਨੂੰ ਕਹਿੰਦਾ ਉਰੇ ਆ ਕਮੀਜ਼ ਰੱਖ ਕੇ ਫੂਕ ਮਾਰ ਡੇਲਾ ਛੋਟਾ ਪਵਾ ਰਿਹਾ ਤੇ ਪਿੱਛੇ ਗੱਤਾ ਰੱਖਿਆ ਹੁਣ ਹਰ ਡੇਢ ਕਿੰਟ ਬਾਅਦ ਗੱਤਾ ਡੇਗ ਪੈਂਦਾ ਫਿਰ ਥੱਲੇ ਲਾ ਕੇ ਗੱਤਾ ਪਿੱਛੇ ਰੱਖ ਦੇ ਸਾਰੇ ਲੈ ਗਏ ਰਿਪੋਰਟ ਰਹਿ ਗਏ ਸਾਰੇ ਲੈ ਗਏ ਰਿਪੋਰਟ ਰਹਿ ਗਏ ਇਹਨੇ ਰਿਪੋਰਟ ਲਿਆਂਦਾ ਉਹ ਕਿਸੇ ਦੇ ਰਿਪੋਰਟ ਨਾਲ ਲੜ ਪਿਆ ਤੇ ਉਹਨੂੰ ਧਮਕੀਆਂ ਲਾਣ ਡਿਆ ਜੇ ਪਿਓ ਦਾ ਆਇਲ ਪੀਤਾ ਇਹਨੇ ਤੇ ਬਾਹਰ ਆ ਇਹਨੇ ਭਾਈ ਆਪਣੇ ਰਿਪੋਰਟ ਦਾ ਵਿਆਹ ਕਰਤਾ ਤੇ ਭਾਂਡਾ ਇਹਨੇ ਭਾਂਡ ਗਾਣਾ ਗਾਉਂਦੇ ਸੋਹਣੇ ਰਿਪੋਰਟ ਨੇ ਬੰਨ ਲੈ ਸਿਹਰ ਇਹ ਤਾਂ ਆਜਸ ਜਿਹਾ ਰਿਪੋਰਟ ਸੀ ਉਹ ਦੂਸਰੇ ਰਿਪੋਰਟ ਕਹਿੰਦਾ ਭਾਈ ਅਸੀਂ ਤਾਂ ਤੇਰੇ ਕੁਐਲਾਂ ਵਰਗੇ ਵੀ ਨਹੀਂ ਅੱਛਾ ਬਜ਼ੁਰਗ ਰਿਪੋਰਟ ਲਿਆਉਂਦਾ ਤੇ ਉਹ ਦੂਸਰੇ ਰਿਪੋਰਟ ਕਹਿਣ ਯਾਰ ਇੱਕ ਦਿਨ ਸਾਰਿਆਂ ਨੂੰ ਜੱਗ ਲੱਗ ਜਾਣਾ ਇਹ ਗਲੋ ਗਲੀ ਦਾ ਮੇਲਾ ਇਹ ਵੀ ਕਹਿਣਾ ਸਭ ਨੇ ਪੱਟੀ ਜਾਣਾ ਲੈ ਗਲੋ ਗਲੀ ਗਲ ਜਾਣਾ ਕਹਿੰਦਾ ਇਹ ਗਲੋ ਗਲੀ ਦਾ ਮੇਲਾ ਵਾ ਸਾਰਿਆਂ ਨੇ ਗਲ ਜਾਣਾ ਕਿਤੇ ਕਹਿੰਦਾ ਜਿੰਨੇ ਬਣੇ ਜਿਹੜਾ ਬਣਿਆ ਉਹ ਢਲਣਾ ਵੀ ਤੇ ਸਾਜੀ ਬੜੀਆਂ ਬੜੀਆਂ ਇੰਗਲਿਸ਼ ਫਿਲਮਾਂ ਦੇ ਵਿੱਚ ਇਸ ਟਾਈਮ ਗੋਰਾ ਜਿਹੜਾ ਨਾ ਜਾਨਵਰ ਮੈਂ ਕਹਿੰਦਾ ਕਹਿ ਰਿਹਾ ਭਾਏ ਨਾ ਬਾਹਰ ਤੁਸੀਂ ਜਾਓ ਯਾਰ ਕੋਈ ਤੁਹਾਡੇ ਚੋਂ ਐਸਾ ਬੰਦਾ ਹੋਵੇ ਨਾ ਬਾਹਰ ਜਿਹੜੇ ਬਾਹਰ ਨੇ ਕਿਸੇ ਸਟੋਰ 'ਚ ਜਾਣ ਉੱਥੇ ਦੇਖਣ ਲੱਗੇ ਕਿ ਰਿਪੋਰਟ ਨੇ ਉਹਦੀ ਵੀਡੀਓ ਲਾਜ਼ਮੀ ਭੇਜਣਾ ਸਾਨੂੰ ਲਾਜ਼ਮੀ ਅੱਛਾ ਸੱਚੀ ਮੁੱਚੀ ਵਾਲੀ ਨਾਲ ਕਹਿ ਕੇ ਕਿ ਜਾਨੀ ਭਾਈ ਆਹ ਦੇਖੋ ਉਹ ਬੜੇ ਬੜੇ ਸਟੋਰਾਂ ਦੇ ਆਏ ਨੇ ਕੰਮ ਕਰ ਰਹੇ ਨੇ ਭਾਏ ਨਾ ਹਾਂਜੀ ਔਰ ਪੂਰਾ ਹੈਲੋ ਆਏ ਕਰਦੇ ਨੇ ਤੁਹਾਨੂੰ ਤੁਸੀਂ ਚੀਜ਼ ਉਹਨਾਂ ਕੋ ਆ ਨਹੀਂ ਸਹੀ ਹੋਰ ਕੋਈ ਲੈ ਕੇ ਆ ਯੇ ਵੋ ਫਲਾਣਾ ਪੂਰੀ ਉਹਨਾਂ ਨੇ ਇੰਸਟਾਲੇਸ਼ਨ ਉਹਦੇ ਵਿੱਚ ਕੀਤੀ ਉੱਥੋਂ ਟੈਕਨੋਲੋਜੀ ਹੁਣ ਉਹ ਨਹੀਂ ਹੈਗੀ ਟੈਕਨੋਲੋਜੀ ਕੇ ਵੀ ਉਹ ਆਈਸੀ 'ਚ ਪ੍ਰੋਗਰਾਮ ਫਿੱਟ ਕਰਕੇ ਨਹੀਂ ਨਹੀਂ ਹੁਣ ਹੋਰ ਔਨਲਾਈਨ ਕੋਈ ਗੇਮਾਂ ਨੇ AI ਟੈਪ ਇੰਟੈਲੀਜੈਂਸ ਨਿਜ਼ਾਮ ਪੂਰਾ ਹਿਸਾਬ ਕਰਦੇ ਨੇ ਬੰਦਿਆਂ ਨੇ ਰਿਪੋਰਟ ਲੈਣ ਗਿਆ ਉਹਨੇ ਦੱਸਿਆ ਨੀ ਇਹ ਚ ਫਾਲਟ ਕੀ ਹੈ ਉਹ ਘਰ ਆ ਕੇ ਉਹਨੂੰ ਬਾਇਆ ਹਰ ਇੱਕ ਨਿੰਦੇ ਕਰ ਗਿਆ ਇਹਨੇ ਕੰਧ ਨਾਲ ਲਾਤਾ ਤੇ ਉਹ ਬਿਲਕੁਲ ਕੰਧ ਨਾਲ ਲੱਗਿਆ ਕਰੀ ਯਾਰ ਮਟਾ ਕੇ ਫਿਰ ਨਵਾਂ ਲਿਆਇਆ ਤੇ ਉਹ ਵੀ ਕਿਤੇ ਖਰਾਬ ਮਟਾ ਕੇ ਨਵਾਂ ਲਾਇਆ ਤੂੰ ਇਦਾਂ ਕਰੀ ਜਾ ਰਿਹਾ ਉਹਦੇ ਸਕੇ ਚਾਚੇ ਨੂੰ ਐਡੀ ਉਹਦੀ ਦਾੜੀ ਨੂੰ ਕਰੀ ਜਾ ਰਿਹਾ ਇਹ ਫਿਰ ਮਟਾ ਕੇ ਇੱਕ ਲਿਆਇਆ ਤੁਸੀਂ ਜਾਣਾ ਕਿ ਤੁਸੀਂ ਦੁਬਈ ਜਾਓ ਗਲੋਬਲ ਵਿਲੇਜ ਉੱਥੇ ਆਈਸਕ੍ਰੀਮ ਵਾਲੇ ਉਹ ਲੱਗੇ ਨੇ ਅੱਡੇ ਉਹਦੇ ਪਿੱਛੇ ਰਿਪੋਰਟ ਕੜਾ ਉਹਨਾਂ ਗੱਲਬਾਤ ਕਰੋ ਜੋ ਮਰਜ਼ੀ ਕਰੋ ਹਾਂਜੀ ਜੀ ਉਹ ਜਿਹੜਾ AI ਸਿਸਟਮ ਉਹਦੇ ਚ ਹੈਗਾ ਵਾ ਸਨੈਪਚੈਟ ਉਰਦੂ ਵੀ ਲਿਖਦਾ ਉਰਦੂ ਜਾਂ ਰੋਮਨ ਉਰਦੂ ਦੇ ਵਿੱਚ ਤਾਂ ਗੱਲ ਕਰਦਾ ਹੁਣ ਤੁਸੀਂ ਕੀ ਕਰੋਗੇ ਉਹਦਾ ਇਹ ਤੇ ਇੱਕ ਨਾਰਮਲ ਦੇਖ ਲਓ ਉਹਨਾਂ ਨੇ ਫ੍ਰੀ ਦੇ ਦਿੱਤਾ ਵਾ ਤੇ ਉਹਨੇ ਪਾਗਲ ਕੀਤਾ ਪਿਆ ਤੁਹਾਨੂੰ ਤੇ ਜਿਹੜੇ ਉਹਦੇ ਜੈਨੂਇਨ ਪ੍ਰੋਜੈਕਟ ਨੇ ਵੱਡੇ ਉਹ ਕਿੱਥੇ ਪਹੁੰਚੇ ਹੋਣੇ ਨੇ ਸਾਰੇ ਜੰਗਾਂ ਤੱਕ ਗੇਮ ਚਲੀ ਜਾਣੀ ਆ ਫਿਜ਼ੀਕਲ ਲੜਨਾ ਹੀ ਨਹੀਂ ਕਿਸੇ ਨੇ ਫੌਜੀਆਂ ਨੇ ਦਿਲ ਕਰੇ ਇਹਨਾਂ ਨੂੰ ਭੇਜ ਦੇਣ ਅੱਗੇ ਐਲਨ ਮਸਕ ਦਾ ਇੱਕ ਇੰਟਰਵਿਊ ਆ ਉਹਦੇ ਚ ਉਹਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ AI ਦੇ ਜ਼ਰੀਏ ਦੁਨੀਆ ਨੂੰ ਤਬਾਹ ਕਰਨਾ ਚਾਹੁੰਦੇ ਹੋ ਕਹਿੰਦਾ ਮੈਂ ਕੁਛ ਕਹਿ ਨਹੀਂ ਸਕਦਾ
मार मूर के सोना वेच के ना जोगर बूटा तो पतीसा नाले रोबोटा तो पतीसा इन्हें रोबोट फड़ के उस्ताद जी बना बनूंगे बिच डेक लाए होने ढिड दे विच डेक लगा रिबोट ने रिबोट ही नहीं पता कित नहीं हिल सकते सवेरे काम से जाने रात रोटी नहीं पकनी रिबोट का यही काम आना रात जिथो मर्जी लिया लिया वैसे रिबोट इतने आया परेशान हो गया कि यार मैं धरने के फिर जान दिया मैं बोर्ड इधर पाया किधरों निकल गया मेरा रिबोट ने हफ्ता ही रहना यार गंदा जो रिबोट लिया बेड़े च नक् सुन सुन के गंद पाया गंदा जो रिबोट लिया मेहमाना से अगे बैठा तो नक् नलिया चौन दी रिबोट कहना अज मूलिया घा बैठा लेकिन उस्ताद जी जिंदगी तो इंसान की इसे तरह ही असी जे 50 साल औसत चल रही है तो पूरे करने ही औखे सौखे उस्ताद जी प्रीत 50 साल औसत वो चलती जो उस्ताद जी वाक कर रहे जिम कर रहे जी डाइट अच्छी है तेरा तो फरबा जिसम आ असी फुलाती जिसम आ सा पटाका बड़ा सोहना पैना वा जल थल होनी चाहिए जिंदगी दे विच ताकि तुसी फ्री तरो जिहा तुहाडा ना स्लिम एंड स्मार्ट एस एच ओ उस्ताद जी नूं पुछणा एस एच ओ केड़े इदारे दा हुंदा वा लो जी नादरीन को ताड़े जेन च आया होवे रिपोर्ट दी कोई गलत थल्ले लाज़मी लिख देना बड़िया होणियां बल्कि ये लिखी जांदे नाल नाल ये ऐसे तेज ने ये भी रिपोर्ट ने ਇਹ ਉੱਥੇ ਰੋਕ ਕੇ ਜਿਹੜੀ ਗੱਲ ਜੇਨ ਚੋਦੀ ਉਹ ਲਿਖ ਕੇ ਫਿਰ ਅੱਗੋਂ ਸ਼ੁਰੂ ਕਰ ਲੈਂਦੇ ਅੱਗੋਂ ਸ਼ੁਰੂ ਕਰ ਆਹੋ ਬੜੀਆਂ ਅੱਛੀਆਂ ਗੱਲਾਂ ਲਿਖਦੇ ਬਹੁਤ ਆਹੋ ਲਓ ਜੀ ਆਪਣਾ ਖਿਆਲ ਰੱਖੋ ਇਨਸ਼ਾਅੱਲਾ ਤਾਲਾ ਅਤੇ ਬਾਕੂ ਦਾ ਕੀ ਪ੍ਰੋਗਰਾਮ ਜਾਣਾ ਫਿਰ ਨਾਲ ਕਿ ਨਹੀਂ ਜਾਣਾ ਮੈਨੂੰ ਦੱਸ ਦਿਓ ਜੇ ਜਾਣਾ ਤਾਂ ਫਿਰ ਉਮਰੇ ਤੋਂ ਆ ਕੇ ਚੱਲਾਂਗੇ ਇਨਸ਼ਾਅੱਲਾ ਉਸਤਾਦ ਜੀ ਉਮਰੇ ਸ਼ਰੀਫ ਦੇਖ ਲੈਣਾ ਹਿਸਾਬ ਕਿਤਾਬ ਠੀਕ ਹੈ ਜੀ ਬਸ ਤਾਂ ਠੰਡ ਬਹੁਤ ਆ ਕਹਿੰਦੇ ਅਤੇ ਆਪਣਾ ਖਿਆਲ ਰੱਖੋ ਆਹੋ ਸਰਦੀ ਤੋਂ ਜ਼ਰਾ ਬਚਾ ਕੇ ਰੱਖੋ ਆਪਣੇ ਆਪ ਨੂੰ ਔਰ ਥੈਂਕ ਯੂ ਲਵ ਯੂ ਹਰ ਗੱਲ ਲਈ साढ़े नाल रहन लई साडा साथ देन लई औखे वेले सौखे वेले और बस खुश रहो हसदे मुस्कुराते रहो जींदे रहो सेहत वाली लंबी जिंदगी तुहानू रब दे आमीन अल्लाह हाफिज़।